ਅੱਜ 5 ਜਨਵਰੀ ਹੈ ਦਿਨ ਸ਼ੁੱਕਰਵਾਰ ਹੈ 8 ਤੇ 9 ਜਨਵਰੀ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਚੱਕੀਆਂ ਦੇ ਮਸਲੇ ਤੇ ਸੁਨੀਲ ਜਾਖੜ ਝੂਠੇ ਪੈ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕੱਸਿਆ ਤਾਂ ਸੁਨੀਲ ਜਾਖੜ ਨੇ ਗੋਲ ਮੋਲ ਜਵਾਬ ਦੇ ਦਿੱਤਾ ਕੱਲ ਤੋਂ ਪੂਰੇ ਪੰਜਾਬ ਦੇ ਵਿੱਚ ਇੰਤਕਾਲ ਹੋਣਗੇ ਜੇ ਤੁਹਾਡੀਆਂ ਰਜਿਸਟਰੀਆਂ ਹੋਈਆਂ ਪਈਆਂ ਨੇ ਤੇ ਇੰਤਕਾਲ ਲਟਕੇ ਪਏ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖਾਤਿਆਂ ਵਿੱਚ ਮਾਨ ਸਰਕਾਰ ਨੇ ਕਰੋੜਾਂ ਰੁਪਏ ਪਾ ਦਿੰਦੇ ਨੇ ਬਲਵੰਤ ਸਿੰਘ ਰਾਜਵਾਨਾ ਦੀ ਪਟੀਸ਼ਨ ਦੇ ਨਿਪਟਾਰੇ ਦੇ ਲਈ ਜੱਥੇਦਾਰ ਸਾਹਿਬ ਨੇ ਕਮੇਟੀ ਨੂੰ 20 ਦਿਨ ਹੋਰ ਦੇ ਦਿੱਤੇ ਨੇ ਰਾਗੀ ਸਿੰਘਾਂ ਦੇ ਲਈ ਕਮੇਟੀ ਨੇ ਡிரஸ் ਕੋਡ ਨਿਰਧਾਰਿਤ ਕਰ ਦਿੱਤਾ ਹੈ ਰਾਗੀ ਸਿੰਘਾਂ ਤੇ ਗ੍ਰੰਥੀ ਸਿੰਘਾਂ ਦੇ ਲਈ ਅਕਾਲੀ ਦਲ ਨੇ ਜਥੇਦਾਰ ਕਾਉਂਕੇ ਐਨਕਾਊਂਟਰ ਦੇ ਵਿੱਚ ਪੇਸ਼ ਕੀਤੀ ਰਿਪੋਰਟ ਤੇ ਹੀ ਸਵਾਲ ਚੁੱਕ ਦਿੱਤੇ ਨੇ ਸੁਖਪਾਲ ਖੈਰਾਂ ਨੂੰ ਦੂਜੇ ਕੇਸ ਦੇ ਵਿੱਚ ਵੀ ਜੇਲ੍ਹ ਭੇਜ ਦਿੱਤਾ ਗਿਆ ਹੈ ਕੈਬਨਿਟ ਮੰਤਰੀ ਅਮਨ अरोड़ा ਦੀ ਵਿਧਾਨ ਸਭਾ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਕਰਨ ਦੀ ਮੰਗ ਵੱਧ ਗਈ ਹੈ ਸਿੱਖਿਆ ਵਿਭਾਗ ਨੇ ਬੱਚੀ ਨਾਲ ਛੇੜਛਾੜ ਕਰਨ ਵਾਲੇ ਇੱਕ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਹੈ। ਸਤਸ੍ਰੀਆਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨ कौर। ਅੱਜ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਪੰਜਾਬ ਦੀਆਂ ਖਾਸ ਖਬਰਾਂ ਤੋਂ ਕਰਾਂਗੇ। ਮੌਸਮ ਦੀ ਜਾਣਕਾਰੀ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਅਹਿਮ ਜਾਣਕਾਰੀ ਦੇ ਦਿੰਨੇ ਹਾਂ ਕਿ ਜਿਵੇਂ ਖਾਲਸ ਟੀਵੀ ਤੇ ਤੁਸੀਂ ਭਰੋਸਾ ਕਰਦੇ ਹੋ YouTube ਅਤੇ Facebook ਦੇ ذریعے ਸਾਡੀਆਂ ਖਬਰਾਂ ਤੁਸੀਂ ਸੁਣਦੇ ਹੋ ਅਤੇ ਉਹਨਾਂ ਨੂੰ ਪਸੰਦ ਕਰਦੇ ਹੋ ਉਸੇ ਤਰ੍ਹਾਂ ਤੁਸੀਂ ਖਬਰਾਂ ਨੂੰ ਪੜ ਵੀ ਸਕਦੇ ਹੋ ਖਾਲਸ ਟੀਵੀ ਦੀ ਆਪਣੀ ਵੈਬਸਾਈਟ ਹੈ khals.tv.com ਉਹ ਤੁਸੀਂ ਮੋਬਾਈਲ ਦੇ ਉੱਤੇ ਵੀ ਖੋਲ ਸਕਦੇ ਹੋ ਆਪਣੇ ਕੰਪਿਊਟਰ ਲੈਪਟਾਪ ਤੇ ਵੀ ਖੋਲ ਸਕਦੇ ਹੋ ਤੇ ਉੱਥੋਂ ਤੁਸੀਂ ਖਬਰਾਂ ਪੜ ਸਕਦੇ ਹੋ ਤੇ ਅੱਗੇ ਸਾਂਝੀਆਂ ਵੀ ਕਰ ਸਕਦੇ ਹੋ ਸੋ ਇਹ ਤੁਸੀਂ ਜ਼ਰੂਰ ਖਾਲਸ ਟੀਵੀ ਨੂੰ ਇਸ ਤਰੀਕੇ ਦੇ ਨਾਲ ਫੋਲੋ ਕਰ ਸਕਦੇ ਹੁਣ ਪਹਿਲਾ ਮੌਸਮ ਦੀ ਤਾਜ਼ਾ ਜਾਣਕਾਰੀ ਚੰਡੀਗੜ੍ਹ ਮੌਸਮ ਵਿਭਾਗ ਦੇ ਮੁਤਾਬਿਕ 7 ਜਨਵਰੀ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਧੁੰਦ ਤੋਂ ਰਾਹਤ ਮਿਲ ਸਕਦੀ ਹੈ ਬਦਲਵਾਈ ਰਹੇਗੀ ਉਸ ਤੋਂ ਬਾਅਦ 8 ਤੇ 9 ਜਨਵਰੀ ਨੂੰ ਮੀਂਹ ਦੀ ਵੀ ਸੰਭਾਵਨਾ ਹੈ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਧੂਏ ਨੂੰ ਲੈ ਕੇ orange alert ਵੀ ਜਾਰੀ ਕੀਤਾ ਗਿਆ ਸੀ ਅੱਜ ਵਾਸਤੇ ਪੂਰਬੀ ਤੇ ਪੱਛਮੀ ਮਾਲਵੇ ਦੇ ਹੋਰ ਖੇਤਰਾਂ ਦੇ ਵਿੱਚ yellow alert ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ ਸੰਗਰੂਰ ਪਟਿਆਲਾ ਮੁਹਾਲੀ ਲੁਧਿਆਣਾ ਰੂਪਨਗਰ ਸ਼ਿਦ ਭਗਤ ਸਿੰਘ ਨਗਰ ਮੋਗਾ ਫਿਰੋਜ਼ਪੁਰ ਜਲੰਧਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਸਪੁਰਤੇ ਪਠਾਨਕੋਟ ਦੇ ਵਿੱਚ ਅੱਧੀ ਰਾਤ ਤੋਂ ਧੁੰਦ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਸੀ ਤੇ ਪੂਰੇ ਦਿਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਧੁੰਦ ਪਸਰੀ ਰਹੀ। ਤਕਰੀਬਨ ਸਾਰੇ ਪੰਜਾਬ ਦੇ ਵਿੱਚ ਧੁੰਦ ਨਹੀਂ ਨਿਕਲੀ। ਕਿਤੇ-ਕਿਤੇ ਥੋੜਾ ਜਹਾ ਸੂਰਜ ਦਿਖਾਈ ਦਿੱਤਾ। ਦਿਨ ਤੇ ਰਾਤ ਦੇ ਤਾਪਮਾਨ ਦੇ ਵਿੱਚ ਜ਼ਿਆਦਾ ਫਰਕ ਨਹੀਂ ਰਿਹਾ। ਲੰਘੇ ਦਿਨ ਦੇ ਮੁਕਾਬਲੇ ਪੰਜਾਬ ਦੇ ਰਾਤ ਦੇ ਤੇ ਸਵੇਰ ਦੇ ਤਾਪਮਾਨ ਵਿੱਚ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਜਿਸ ਦਾ ਅਸਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਨਜ਼ਰ ਆ ਰਿਹਾ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਦੇ ਵਿੱਚ 4.5 ਡਿਗਰੀ ਦਰਜ ਤਿਆ ਗਿਆ ਤੇ ਸ਼ੀਤ ਭਗਤ ਸਿੰਘ ਨਗਰ ਦੇ ਵਿੱਚ 5.7 ਡਿਗਰੀ ਹਿਮਾਚਲ ਦੇ ਵਿੱਚ ਦਸੰਬਰ ਮਹੀਨੇ ਤੱਕ 85% ਦੀ ਘਟਮੀ ਪਿਆ ਹੈ ਤੇ ਔਸਤਨ 38.1 ਮਿਲੀਮੀਟਰ ਮੀਂਹ ਪੈਂਦਾ ਹੈ ਪਹਾੜਾਂ ਤੋਂ ਆ ਰਹੀਆਂ ਖੁਸ਼ਕ ਠੰਡੀਆਂ ਹਵਾਵਾਂ ਕਰਕੇ ਪੰਜਾਬ ਚ ਦਿਨ ਦਾ ਤਾਪਮਨ ਲਗਾਤਾਰ ਡਿਗਰੀ ਹੈ ਜੇ 9 ਜਨਵਰੀ ਨੂੰ ਚੰਗਮੀ ਪੈਂਦਾ ਤਾਂ ਇਸ ਤੋਂ ਬਾਅਦ ਧੁੱਪ ਨਿਕਲੂਗੀ ਜਨਵਰੀ ਮੁਤਾਬਕ ਮੌਸਮ ਆਮ ਵਾਂਗ ਰਹੇਗਾ ਹਰਿਆਣਾ ਚ ਠੰਡ ਦਾ ਇਹ ਹਾਲ ਹੈ ਕਿ ਸਾਰੇ 22 ਜ਼ਿਲ੍ਹਿਆਂ ਦੇ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਨ 15 ਡਿਗਰੀ ਤੋਂ ਹੇਠਾਂ ਪਹੁੰਚ ਗਿਆ ਦਿਨ ਵਾਂਗ ਰਾਤਾਂ ਵੀ ਠੰਡੀਆਂ ਹੁੰਦੀਆਂ ਜਾ ਰਹੀਆਂ ਨੇ ਵੀ ਘੰਟੇ ਵਿੱਚ ਹਿੱਸਾ ਅਧੀ ਰਾਤ ਸ਼ਿਮਲੇ ਨਾਲੋਂ ਵੀ ਠੰਡੀ ਰਹੀ ਯੂਪੀ ਤੇ ਐਮਪੀ ਸਮੇਤ 8 ਸੂਬਿਆਂ ਦੇ ਵਿੱਚ ਅੱਜ ਮੀਂਹ ਦੀ ਭਵਿੱਖਬਾਣੀ ਹੀ ਕੀਤੀ ਗਈ ਸੀ ਛਤੀਸਗੜ ਬਿਹਾਰ ਤੇ ਚਾਰਖੰਡ ਵੀ ਸ਼ਾਮਲ ਨੇ ਦਿੱਲੀ ਰਾਜਸਥਾਨ ਵਿੱਚ ਅੱਜ ਕੋਲਡ ਡੇ ਅਲਰਟ ਜਾਰੀ ਕੀਤਾ ਗਿਆ ਯਾਨੀ ਕਿ ਅੱਜ ਸਭ ਤੋਂ ਠੰਡੇ ਦਿਨ ਰਹਿ ਰਾਜਸਥਾਨ ਅਤੇ ਦਿੱਲੀ ਦੇ ਵਿੱਚ ਮਾਊਂਟ ਆਬੂ ਦੇ ਵਿੱਚ ਜ਼ੀਰ ਤੋਂ ਵੀ ਘੱਟ ਪਾਰਾ ਹੈ ਯੂਪੀ ਦੇ ਵਿੱਚ ਪੰਜਾਬ ਵਾਂਗ ਸਕੂਲ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਕਰ ਦਿੱਤਾ ਗਿਆ ਰਾਜਸਥਾਨ ਦੇ ਵਿੱਚ 8ਵੀਂ ਜਮਾਤ ਤੱਕ ਛੁੱਟੀਆਂ ਹੁਣ 13 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਪੰਜਾਬ ਤੇ ਦਿੱਲੀ ਦੇ ਵਿੱਚ ਸੰਗਣੀ ਤੁੰਦ ਕਰਕੇ 22 ਰੇਲ ਗੱਡੀਆਂ ਪਛੜ ਕੇ ਚੱਲ ਰਹੀਆਂ ਨੇ ਪੰਜਾਬ 'ਚ ਵੀ ਜ਼ਬਰਦਸਤ ਠੰਡ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਨੂੰ ਮਾਨ ਸਰਕਾਰ ਨੂੰ ਸਕੂਲਾਂ ਦੇ ਛੁੱਟੀਆਂ ਵਧਾਉਣ ਦੀ ਅਪੀਲ ਕੀਤੀ ਹੈ ਹਾਲਾਂਕਿ ਵਧਾਉਣ ਦਾ ਕੋਈ ਐਲਾਨ ਸਰਕਾਰ ਨੇ ਨਹੀਂ ਕੀਤਾ 31 ਦਸੰਬਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲਾਂ ਦਾ ਸਮਾਂ ਜ਼ਰੂਰ ਬਦਲ ਦਿੱਤਾ ਸੀ ਤੜਕੇ 10 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਪਰ ਛੁੱਟੀਆਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਅੱਜ ਪੰਜਾਬ ਦੇ ਵਿੱਚ ਜਈਆਂ ਕਈ ਗਲਤ ਖਬਰਾਂ ਵੀ ਚੱਲਿਆ ਸੁਣ ਕੇ ਪੰਜਾਬ 'ਚ 20 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਪਰ ਅਜੇ ਹੀ ਕੋਈ ਖਬਰ ਨਹੀਂ ਹੈ ਪੰਜਾਬ ਵਾਸੀਆਂ ਦੇ ਲਈ ਚਾਰ ਅਹਿਮ ਖਬਰਾਂ ਦੱਸ ਦਿੰਨੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੌਣੀ ਦੇ ਲੰਗੇ ਸੀਜ਼ਨ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਸੂਬੇ ਦੇ 17000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 19 ਕਰੋੜ 83000 ਰੁਪਏ ਟਰਾਂਸਫਰ ਕਰ ਦਿੱਤੇ ਗਏ ਨੇ ਪੰਜਾਬ ਦੇ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਲ 2023-24 ਦੌਰਾਨ ਕੁੱਲ 19114 ਕਿਸਾਨਾਂ ਨੇ ਡੀਐਸਆਰ ਪੋਰਟਲ ਤੇ 172049 ਏਕੜ ਰਕਬਾ ਰਜਿਸਟਰਡ ਕਰਵਾਇਆ ਸੀ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੇ ਪੜਤਾਲ ਕੀਤੀ ਤਾਂ ਕੁੱਲ 18931 ਕਿਸਾਨਾਂ ਦੀ تصਦੀਕ ਕੀਤੀ ਗਈ ਹੈ ਜਿਨ੍ਹਾਂ ਨੂੰ ਇਹ ਪੈਸਾ ਦਿੱਤਾ ਜਾਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਜੂਦਾ ਵਰੇ 2023-24 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਉਪਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਕਿ ਜੇ ਤੁਸੀਂ ਸਿੱਧੀ ਬਿਜਾਈ ਕਰੋਗੇ ਤਾਂ ਸਰਕਾਰ ਤੁਹਾਡੀ ਮਦਦ ਕਰੂਗੀ ਸੋ ਕਿਸਾਨਾਂ ਨੂੰ 98 ਫੀਸਦੀ ਤੋਂ ਵੱਧ ਦੀ ਅਦਾਇਗੀ ਕਰ ਦਿੱਤੀ ਗਈ ਹੈ ਬਾਕੀ ਵੀ ਛੇਤੀ ਟਰਾਂਸਫਰ ਕਰ ਦਿੱਤੀ ਜਾਊਗੀ ਪੰਜਾਬ ਦੇ ਜਿਹੜੇ ਲੋਕਾਂ ਨੇ ਜ਼ਮੀਨਾਂ ਖਰੀਦੀਆਂ ਨੇ ਰਜਿਸਟਰੀਆਂ ਕਰਵਾ ਰੱਖੀਆਂ ਨੇ ਪਰ ਇੰਤਕਾਲ ਹਾਲੇ ਤੱਕ ਨਹੀਂ ਕਰਵਾ ਸਕੇ ਉਹਨਾਂ ਦੇ ਲਈ ਵੀ ਪੰਜਾਬ ਸਰਕਾਰ ਨੇ ਨਵੀਂ ਸਹੂਲਤ ਲਿਆਂਦੀ ਹੈ 6 ਜਨਵਰੀ ਯਾਨੀ ਕਿ ਸ਼ਨੀਚਰਵਾਰ ਦੇ ਦਿਨ ਤੋਂ ਸੂਬੇ ਭਰ ਦੇ ਮਾਲ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਵਿਸ਼ੇਸ਼ ਕੈਂਪ ਲਾਏ ਜਾਣਗੇ ਅਧਿਕਾਰੀ ਮੌਕੇ ਤੇ ਹੀ ਇੰਤਕਾਲ ਕਰਕੇ ਲੋਕਾਂ ਨੂੰ ਦੇਣਗੇ ਤੇ ਹੁਣ ਲੋਕਾਂ ਨੂੰ ਇੰਤਕਾਲ ਕਰਵਾਉਣ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਜੇ ਕੋਈ ਕਰਮਚਾਰੀ ਜਾਂ ਅਧਿਕਾਰੀ ਲੋਕਾਂ ਦੀ ਗੱਲ ਨਹੀਂ ਸੁਣਦਾ ਤਾਂ ਲੋਕ ਵਟਸਐਪ ਤੇ ਵਿਭਾਗ ਨੂੰ ਸ਼ਿਕਾਇਤ ਕਰ ਸਕਦੇ ਨੇ ਹੈਲਪਲਾਈਨ ਨੰਬਰ ਨੋਟ ਕਰ ਲਓ 8184900002 ਇਹ ਨੰਬਰ ਜਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਤੇ ਤੁਸੀਂ ਆਪਣੀ ਸ਼ਿਕਾਇਤ ਭੇਜ ਸਕਦੇ ਹੋ ਤੇ ਪ੍ਰਵਾਸੀ ਭਾਰਤੀਆਂ ਲਈ ਵੱਖਰਾ ਨੰਬਰ ਹੈ 9464100168 ਇਸ ਤੇ ਪ੍ਰਵਾਸੀ ਪੰਜਾਬੀ ਭੇਜ ਸਕਦੇ ਨੇ ਤੇ ਬਾਕੀਆਂ ਲਈ ਦੂਸਰਾ ਨੰਬਰ ਹੈ ਤੀਸਰੀ ਅਹਿਮ ਖਬਰ ਹੈ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਹਰ ਬੁੱਧਵਾਰ ਨੂੰ ਗਰਮਾ-ਗਰਮ ਪੂੜੀਆਂ ਤੇ ਛੋਲੇ ਖਾਣੇ ਦੇ ਵਿੱਚ ਦੇਣ ਦੇ ਹੁਕਮ ਦਿੱਤੇ ਨੇ ਇਹ ਹੁਕਮ ਬੁੱਧਵਾਰ ਤੋਂ ਲਾਗੂ ਹੋ ਚੁੱਕੇ ਨੇ ਅਧਿਆਪਕ ਯੂਨੀਅਨ ਨੇ ਸਰਦੀਆਂ ਦੇ ਮੌਸਮ ਵਿੱਚ ਇਸ ਹੁਕਮ ਨੂੰ ਲਾਗੂ ਕਰਨ ਤੇ ਬਜਟ ਨੂੰ ਕੀ ਜ਼ਰੂਰ ਸਵਾਲ ਖੜੇ ਕੀਤੇ ਨੇ ਕਿ ਹੈ ਕਿ ਇਸ ਦੇ ਨਾਲ ਬੱਚਿਆਂ ਦੀ ਸਿਹਤ ਵਿਗੜਦੀ ਹੈ ਜ਼ਾਹਿਰ ਤੌਰ ਤੇ ਛੋਲੇ ਪੂੜੀਆਂ ਜਿਹੜਾ ਇੱਕ ਭੋਜਨ ਹੈ ਉਹਨੂੰ ਪੌਸ਼ਟਿਕ ਭੋਜਨ ਦੇ ਵਿੱਚ ਨਹੀਂ ਮੰਨਿਆ ਜਾਂਦਾ ਛੋਲਿਆਂ ਨੂੰ ਤਾਂ ਮੰਨਿਆ ਜਾਂਦਾ ਪਰ ਪੂੜੀਆਂ ਤਲੀਆਂ ਹੁੰਦੀਆਂ ਨੇ ਇਸ ਕਰਕੇ ਸਿਹਤ ਮਾਹਿਰ ਵੀ ਇਹੀ ਕਹਿੰਦੇ ਨੇ ਅਧਿਆਪਕਾਂ ਦਾ ਕਹਿਣਾ ਹੈ ਕਿ ਗਰਮਾ ਗਰਮ ਪੂੜੀ ਦੇ ਚੱਕਰ ਵਿੱਚ ਇੱਕ ਤਾਂ ਵਾਰੀ ਵਾਰੀ ਚੁੱਲ੍ਹੇ ਤੇ ਜਾਣਾ ਪੈਂਦਾ ਜਿਸ ਦੇ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਦੂਸਰਾ ਸਿਹਤ ਦਾ ਨੁਕਸਾਨ ਵੀ ਹੁੰਦਾ ਹੈ ਕਿਉਂਕਿ ਬੱਚੇ ਨੇ ਤਲੀ ਹੋਈ ਚੀਜ਼ ਖਾ ਕੇ ਉੱਤੋਂ ਪਾਣੀ ਪੀ ਲੈਂਦੇ ਨੇ ਇਹ ਕਹਿੰਦੇ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ ਯੂਨੀਅਨ ਮੁਤਾਬਕ ਮਿਡ-ਡੇ ਮੀਲ ਦਾ ਬਜਟ ਇੱਕ ਬੱਚੇ ਲਈ 7 ਰੁਪਏ ਰੱਖਿਆ ਗਿਆ ਹੈ ਜ ਜਿਹੇ ਵਿੱਚ ਪੂੜੀਆਂ ਤੇ ਛੋਲੇ ਕਿਵੇਂ ਦਿੱਤੇ ਜਾ ਸਕਦੇ ਨੇ ਇਸ ਦੇ ਬਦਲੇ ਸਰਕਾਰ ਨੂੰ ਕੋਈ ਪੋਸਟਿਕ ਆਹਾਰ ਰੱਖਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਸਿੰਥੈਟਿਕ ਡੋਰ ਨੂੰ ਵੇਚਣ ਸਟੋਰ ਕਰਨ ਅਤੇ ਵਰਤੋਂ ਤੇ ਸਖਤ ਪਾਬੰਦੀ ਲੱਗੀ ਹੋਈ ਹੈ ਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਕਨਸ਼ਿਆਮ ਥੋਰੀ ਨੇ ਲੋਕਾਂ ਨੂੰ ਮੁੜ ਤੋਂ ਯਾਦ ਕਰਵਾਇਆ ਹੈ ਕਿ ਜਿਹੜੇ ਵੀ ਲੋਕ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਦੇ ਵਿੱਚ ਪਤੰਗ ਜਿਨ੍ਹਾਂ ਗੁੱਡੀਆਂ ਵੀ ਕਹਿੰਦੇ ਨੇ ਮਾਜੇ ਦੇ ਲੋਕ ਪਤੰਗ ਗੁੱਡੀਆਂ ਉਡਾਉਣ ਦੇ ਲਈ ਸਿੰਥੈਟਿਕ ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ ਸਟੋਰ ਕਰਨ ਅਤੇ ਇਸ ਦੀ ਵਰਤੋਂ ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਸਿਰਫ ਸੂਤੀ ਡੋਰ ਹੈ ਜਿਹੜੀ ਉਹੀ ਵਰਤੀ ਜਾ ਸਕਦੀ ਹੈ ਗੁੱਡੀਆਂ ਚੜਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝਾਕੀਆਂ ਦੇ ਮਸਲੇ ਤੇ ਪੰਜਾਬੀ ਜੀਪੀ ਦੇ ਪ੍ਰਧਾਨ ਸੁਨੀਲ ਝਾਕੜ ਨੂੰ ਫੇਰ ਘੇਰਿਆ ਹੈ ਮੁੱਖ ਮੰਤਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਝਾਕੀ ਨੂੰ ਲੈ ਕੇ ਇੱਕ ਖਬਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਅਜੇ ਕੋਈ ਸਬੂਤ ਨਹੀਂ ਨਹੀਂ ਜਿਸ ਤੋਂ ਸਾਬਿਤ ਹੋ ਸਕੇ ਕਿ ਪੰਜਾਬ ਸਰਕਾਰ ਦੇ ਵੱਲੋਂ ਚਾਕੀ ਦੇ ਭੇਜੇ ਗਏ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਜਾਂ ਫਿਰ ਭਗਵੰਤ ਮਾਨ ਦੀ ਫੋਟੋ ਲੱਗੀ ਸੀ ਜਿਸ ਤੋਂ ਬਾਅਦ ਕੈਪਸ਼ਨ ਦੇ ਵਿੱਚ ਭਗਵੰਤ ਮਾਨ ਨੇ ਜਾਖੜ ਨੂੰ ਤੰਜ ਕਸਦੇ ਹੋਏ ਸਵਾਲ ਕੀਤਾ ਕਿ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਚਾਕੀਆਂ ਦੇ ਮਾਮਲੇ 'ਚ ਤੁਸੀਂ ਭਾਜਪਾ ਦੇ ਕਹਿਣ ਤੇ ਪੰਜਾਬ ਦੇ ਪੱਖ 'ਚ ਖੜਨ ਦੀ ਬਜਾਏ ਅਰਵਿੰਦ ਕੇਜਰੀਵਾਲ ਤੇ ਮੇਰੇ ਉੱਤੇ ਝੂਠੇ ਤੇ ਬੇਤੁਕੇ ਇਲਜ਼ਾਮ ਲਾਏ ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪਸ਼ਟ ਕਰ ਦਿੱਤਾ ਹੈ ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜ ਕਿਤੀ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਰੱਖਿਆ ਮੰਤਰਾਲੇ ਨੇ ਜਿਹੜਾ ਸਪਸ਼ਟੀਕਰਨ ਜਾਰੀ ਕੀਤਾ ਉਸ ਦੇ ਵਿੱਚ ਪੰਜਾਬ ਦੇ ਵੱਲ ਭੇਜੀ ਗਈ ਝਾਕੀ ਦੇ ਡਿਜ਼ਾਈਨ ਤੇ ਕਿਤੇ ਵੀ ਦੋਵੇਂ ਮੁੱਖ ਮੰਤਰੀਆਂ ਦੀ ਤਸਵੀਰ ਹੈ ਹੀ ਨਹੀਂ ਜਦ ਕਿ ਸੁਨੀਲ ਜਾਖੜ ਨੇ ਕਾਰਨ ਹੀ ਇਹੀ ਦੱਸਿਆ ਸੀ ਕਿ ਜੇ ਝਾਕੀ ਰੱਦ ਹੋਈ ਹੈ ਪੰਜਾਬ ਦੀ ਤਾਂ ਉਹਦਾ ਕਾਰਨ ਇਹ ਹੈ ਕਿ ਦੋਨਾਂ ਦੀ ਮੁੱਖ ਮੰਤਰੀਆਂ ਦੀ ਫੋਟੋ ਲਾ ਕੇ ਭੇਜ ਦਿੱਤੀ ਗਈ ਸੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਤੇ ਤੰਜ ਕਸਿਆ ਤਾਂ ਸੁਨੀਲ ਜਾਖੜ ਦਾ ਵੀ ਜਵਾਬ ਆ ਗਿਆ ਉਹਨਾਂ ਨੇ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਪਾ ਕੇ ਲਿਖਿਆ ਕਿ ਭਗਵੰਤ ਮਾਨ ਜੀ ਹੀ ਦਾ ਨਾਮ ਲੈ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰੋ ਇਸ ਨੂੰ ਲੈ ਕੇ ਕੋਈ ਕੀ ਕਹਿੰਦਾ ਇਹਨੂੰ ਛੱਡ ਦਿਓ ਤੁਸੀਂ ਲੋਕਾਂ ਨੂੰ ਧੋਖਾ ਕਿਵੇਂ ਦਿੰਦੇ ਹੋ ਆਪਣੀ ਜ਼ੁਬਾਨੀ ਹੀ ਸੁਣੋ ਸੁਨੀਲ ਜਾਖੜ ਨੇ ਸੀਐਮ ਮਾਨ ਦਾ ਜਿਹੜਾ ਵੀਡੀਓ ਸਾਂਝਾ ਕੀਤਾ ਹੈ ਇਹ ਇੱਕ ਇੰਟਰਵਿਊ ਦਾ ਹੈ ਜਿਹਦੇ ਵਿੱਚ ਉਹ ਇੱਕ ਰਿਪੋਰਟ ਨੂੰ ਦੱਸਦੇ ਨੇ ਕਿ ਜਦੋਂ ਉਹ ਇੱਕ ਰਿਪੋਰਟਰ ਨੂੰ ਦੱਸਦੇ ਨੇ ਕਿ ਜਦੋਂ ਸ਼ੋਅ ਲਈ ਨਿਊਯਾਰਕ ਜਾ ਰਹੇ ਸਨ ਤਾਂ ਉਹਨਾਂ ਨੇ ਕਿਵੇਂ ਭਾਸ਼ਾ ਬਦਲ ਕੇ 에ਅਰਲਾਈਨਸ ਮੁਲਾਜ਼ਮਾਂ ਦੇ ਕੋਲੋਂ ਫਰਸਟ ਕਲਾਸ ਦੀ ਸੀਟ ਹਾਸਲ ਕੀਤੀ ਸੀ ਯਾਨੀ ਕਿ ਸੁਨੀਲ ਜਾਖੜ ਨੇ ਜੋ ਸੀਐਮ ਭਗਵੰਤ ਮਾਨ ਨੇ ਸਵਾਲ ਚੁੱਕਿਆ ਹੈ ਉਹਦਾ ਜਵਾਬ ਤਾਂ ਨਹੀਂ ਦਿੱਤਾ ਉਲਟਾ ਪਿਛਲਾ ਜਿਹੜਾ ਪੁਰਾਣਾ ਕੋਈ ਵੀਡੀਓ ਕੱਢ ਕੇ ਉਸ ਦੇ ਆਧਾਰ ਤੇ ਸੀਐਮ ਭਗਵੰਤ ਮਾਨ ਨੂੰ ਘੇਰਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਮਰਹੂਮ ਗੁਰਦੇਵ ਸਿੰਘ ਕਾਉਕੇ ਦੇ ਝੂਠੇ ਪੁਲਿਸ ਮੁਕਾਬਲੇ ਦੀ ਬੀਪੀ ਤਿਵਾੜੀ ਦੀ ਜਾਂਚ ਰਿਪੋਰਟ ਨੂੰ 24 ਸਾਲਾਂ ਤੱਕ ਦਬਾਉਣ ਨੂੰ ਲੈ ਕੇ ਕਿਰੇਸ਼ ਸ਼ਰਮਣੀ ਅਕਾਲੀ ਦਲ ਨੇ ਪਹਿਲੀ ਵਾਰੀ ਇਸ ਮਸਲੇ ਤੇ ਸਵੈਈ ਦਿੱਤੀ ਹੈ ਪਾਰਟੀ ਦੇ ਲੀਡਰ ਪਰਮਬੰਦ ਸਿੰਘ ਵੰਟੀ ਰੁਮਾਣਾ ਨੇ ਰਿਪੋਰਟ ਨੂੰ ਨਸ਼ਰ ਕਰਨ ਵਾਲੀ ਮਨੁੱਖੀ ਜੱਥੇਬੰਦੀ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਅਤੇ ਬੀਪੀ ਤਿਵਾੜੀ ਦੀ ਰਿਪੋਰਟ ਤੇ ਕਿਉਂ ਕਾਰਵਾਈ ਨਹੀਂ ਕੀਤੀ ਇਸ ਦਾ ਵੀ ਜਵਾਬ ਦਾ ਸਭ ਤੋਂ ਪਹਿਲਾਂ ਰੁਮਾਣਾ ਨੇ ਦੱਸਿਆ ਕਿ ਜਦੋਂ ਗੁਰਦੇਵ ਸਿੰਘ ਕੌਕੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਤਲਵੰਡੀ ਪਿੰਡ ਕੌਕੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਸਨ ਪਰ ਉਹਨਾਂ ਨੂੰ ਪੁਲਿਸ ਨੇ ਰੋਕ ਦਿੱਤਾ ਵੰਟੀ ਰੁਮਾਣਾ ਨੇ 1993 ਦੀ ਫੋਟੋ ਵੀ ਦਿਖਾਈ ਪਰ ਉਹਨਾਂ ਨੇ ਕਿਹਾ ਕਿ ਇਸ ਦੇ ਬਾਵਜੂਦ ਵੀ ਬਾਦਲ ਪਰਿਵਾਰ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇੱਥੇ ਨਾਲ ਹੀ ਇਹ ਵੀ ਸਵਾਲ ਉੱਠਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਉਦੋਂ ਕੋਈ ਛੋਟੇ ਲੀਡਰ ਨਹੀਂ ਸਨ ਪੰਜਾਬ ਦੇ ਮੁੱਖ ਲੀਡਰ ਸਨ ਉਹਨਾਂ ਨੂੰ ਪੁਲਿਸ ਕਿਵੇਂ ਰੋਕ ਸਕਦੀ ਹੈ ਇਹ ਵੀ ਸਵਾਲ ਉੱਠਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮ ਜਿਦੇ ਵਿੱਚ ਬਾਦਲ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਿੰਡ ਕੌਂਕੇ ਪਹੁੰਚਦੀ ਹੈ ਭਾਈ ਕੌਂਕੇ ਦੇ ਪਰਿਵਾਰ ਨੂੰ ਮਿਲਣ ਵਾਸਤੇ ਉਹਨਾਂ ਨੂੰ ਪੁਲਸ ਉੱਥੇ ਰੋਕਦੀ ਹੈ ਪਿੰਡ ਦੇ ਬਾਹਰ ਉੱਥੇ ਉਹ ਧਰਨਾ ਦਿੰਦਿਆ ਮੈਂ ਤੁਹਾਨੂੰ ਉਸ ਵੇਲੇ ਦੀ ਤਸਵੀਰ ਦਿਖਾ ਰਿਹਾ ਜਿਦੇ ਤੁਹਾਨੂੰ ਬਾਦਲ ਸਾਹਿਬ ਹੋਰੀ ਬੈਠੇ ਦਿਖਦੇ ਆ ਪਰਮਵੰਤ ਸਿੰਘ ਮੰਟੀ ਰਵਾਣਾ ਨੇ ਦੱਸਿਆ ਕਿ 98 ਦੇ ਵਿੱਚ ਬੀਪੀ ਤਿਵਾੜੀ ਦੀ ਜਾਂਚ ਅਫਸਰ ਦੇ ਤੌਰ ਤੇ ਨਿਯੁਕਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਪੰਥਕ ਜਸਵੀਰ ਸਿੰਘ ਰੋਡੇ ਦੀ ਸਿਫਾਰਿਸ਼ ਤੋਂ ਬਾਅਦ ਕੀਤੀ ਗਈ ਸੀ ਪਰ ਇਸ ਜਾਂਚ ਵਿੱਚ ਬੀਪੀ ਤਿਵਾੜੀ ਨੇ ਲਿਖਿਆ ਸੀ ਕਿ ਇਸ ਗੱਲ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਕੌਕੇ ਨੂੰ ਪੁਲਿਸ ਨੇ ਮਾਰ-ਮਾਰ ਕੇ ਖਤਮ ਕਰ ਦਿੱਤਾ ਉਸ ਨੇ ਦਰਸ਼ਨ ਸਿੰਘ ਵਰਗੇ ਉਹਨਾਂ ਸਾਰੇ ਗਵਾਹਾਂ ਦੀ ਗਵਾਹੀ ਨੂੰ ਨਕਾਰ ਦਿੱਤਾ ਜ ਜਣਾਂ ਨੇ ਦੱਸਿਆ ਸੀ ਕਿ ਕਿਵੇਂ ਭਾਈ ਕੌਕੇ ਨੂੰ ਤਸੀਹੇ ਦਿੱਤੇ ਗਏ ਤੇ ਮਾਰਿਆ ਗਿਆ ਮੰਟੀ ਰਵਾਣਾ ਨੇ ਬੀਪੀ ਤਿਵਾੜੀ ਦੀ ਜਾਂਚ ਰਿਪੋਰਟ ਤੇ ਸਵਾਲ ਚੁੱਕਦੇ ਹੋਏ ਕਿਹਾ ਨਾਲ ਸਹਿਮਤ ਹੋ ਸਕਦਾ ਹੈ ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਪੁਲਿਸ ਨੇ ਮਾਰਕੁੱਟ ਕੇ ਮਾਰ ਦਿੱਤਾ ਮਾਰਕੁੱਟ ਦੇ ਜਿਹੜੇ ਗਵਾਹ ਲੱਭੇ ਉਹਨਾਂ ਵਿੱਚੋਂ ਇੱਕ ਸਾਬਕਾ ਸਪਾਈ ਦਰਸ਼ਨ ਸਿੰਘ ਹੈ ਜਿਸਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨਾਂ ਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫੀ ਫਰਕ ਹੈ ਅਤੇ ਨਾਲ ਹੀ ਜਿੰਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਸਾਹਮਣੇ ਮਾਰਕੁਟਾਈ ਹੋਈ ਹੈ ਇਨੇ ਜਿਹੜੇ ਗਵਾਹ ਪੇਸ਼ ਹੋ ਕੇ ਇਹ ਕਹੇ ਜਿਨ੍ਹਾਂ ਨੇ ਕਿ ਸਾਡੇ ਸਾਹਮਣੇ ਮਾਰਿਆ ਕੁੱਟਿਆ ਗਿਆ ਜਾਂ ਸਾਡੇ ਸਾਹਮਣੇ ਸ਼ਹੀਦ ਕੀਤਾ ਗਿਆ ਹੈ ਇਹ ਬੀਪੀ ਤਵਾੜੀ ਨੇ ਤਾਂ ਉਹ ਗਵਾਹੀ ਝੁਠਲਾਤੇ। ਅਕਾਲੀ ਦਲ ਨੇ ਬੀਪੀ ਤਵਾੜੀ ਦੀ ਰਿਪੋਰਟ ਨੂੰ ਨਸ਼ਰ ਕਰਨ ਵਾਲੀ ਮਨੁੱਖੀ ਅਧਿਕਾਰ ਜਥੇਬੰਦੀ ਤੇ ਵੀ ਗੰਭੀਰ ਇਲਜ਼ਾਮ ਲਾਉਂਦੇ ਕਿ ਹੈ ਕਿ ਆਰਟੀਆਈ ਦੇ ਜ਼ਰੀਏ 12 ਅਕਤੂਬਰ 2010 ਦੇ ਵਿੱਚ ਜਥੇਬੰਦੀ ਨੇ ਬੀਪੀ ਤਵਾੜੀ ਦੀ ਰਿਪੋਰਟ ਹਾਸਲ ਕਰ ਲਈ ਸੀ ਪਰ 13 ਸਾਲ ਕਿਉਂ ਨਹੀਂ ਇਹਨਾਂ ਨੇ ਸਵਾਲ ਚੁੱਕੇ 13 ਸਾਲ ਤਾ ਇਹਨਾਂ ਨੇ ਵੀ ਦਬ ਕੇ ਰੱਖੀ 2010 ਦੇ ਵਿੱਚ ਬਾਦਲ ਸਰਕਾਰ ਸੱਤਾ ਦੇ ਵਿੱਚ ਸੀ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਹੀ ਹੋਵੇਗਾ ਕਿ ਤੁਸੀਂ ਉਦੋਂ ਇਸ ਰਿਪੋਰਟ ਨੂੰ ਨਸ਼ਰ ਕਿਉਂ ਨਹੀਂ ਕੀਤਾ। ਰਵਾਨਾ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ 사지ਸ਼ਾਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਭਾਈ ਕਾਉਕੇ ਦੀ ਯਾਦ ਵਿੱਚ ਪਾਠ ਕਰਵਾਉਣ ਦੀ ਗੱਲ ਕਹਿੰਦੀ ਹੈ ਤਾਂ ਕਿ ਸਾਨੂੰ ਘੇਰਿਆ ਜਾਵੇ ਪ੍ਰਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਦਿੱਲੀ ਵਿੱਚ ਮੋਰਚਾ ਲਾਉਣਾ ਸੀ ਤਾਂ ਇਹ ਪਿੱਛੇ हट ਗਏ ਕਹਿੰਦੇ ਬਰਗਾੜੀ ਬੇਅਦਬੀ ਮੌਕੇ ਵੀ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ਾਂ ਹੋਈਆਂ ਤੇ ਹੁਣ ਵੀ ਇਹ ਜਿਹਾ ਹੀ ਹੋ ਰਿਹਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਖਿਲਾਫ ਸਾਜ਼ਿਸ਼ਾਂ ਕਹਿ ਕੇ ਇਸ ਗੱਲ ਤੋਂ ਪੱਲਾ ਝਾੜ ਦਿੱਤਾ ਪਰ ਇਹ ਝਾੜਿਆ ਨਹੀਂ ਜਾ ਸਕਦਾ ਸਵਾਲ ਤਿੱਖੇ ਉੱਠ ਰਹੇ ਨੇ 2010 ਦੀ ਰਿਪੋਰਟ ਤੁਹਾਡੇ ਕੋਲੇ ਹੈ ਅੱਜ 2024 'ਚ ਅਸੀਂ ਆ ਗਏ ਹਾਂ 14 ਸਾਲ ਤੁਸੀਂ ਪੰਥ ਨੂੰ ਤੁਸੀਂ ਕੌਮ ਨੂੰ ਪੰਜਾਬ ਨੂੰ ਦੱਸੋ ਕਿ 14 ਸਾਲ ਇਹ ਰਿਪੋਰਟ ਤੁਸੀਂ ਕਿੱਥੇ ਰੱਖੀ ਕਿਉਂ ਨਹੀਂ ਬੋਲੇ ਤੁਸੀਂ ਉਦੋਂ 7 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਉਦੋਂ ਸਵਾਲ ਕਿਉਂ ਨਹੀਂ ਖੜੇ ਕੀਤੇ 7 ਸਾਲ ਅੱਜ ਵਿਰੋਧੀ ਸਰਕਾਰਾਂ ਨੂੰ ਹੋ ਗਏ 14 ਸਾਲ ਤੁਸੀਂ ਇਹ ਰਿਪੋਰਟ ਚੁੱਪ ਕਰਕੇ ਬੈਠੇ ਰਹੇ ਜਵਾਬ ਦੇ ਤਾਂ ਤੁਸੀਂ ਉਹ ਕੌਮ ਨੂੰ ਇਹ ਰਿਪੋਰਟ ਤੁਸੀਂ ਕਿਉਂ 14 ਸਾਲਾਂ ਜਿਹੜੇ ਹਿਊਮਨ ਰਾਈਟਸ ਵਾਲੇ ਅੱਜ ਗੱਲ ਕਰਦੇ ਐ ਮੈਂ ਇਹਨਾਂ ਨੂੰ ਪੁੱਛਦਾ ਐ ਇਹ ਥੋੜੀ ਰਿਪੋਰਟ ਹੀ ਹੈ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 27 ਜਨਵਰੀ ਤੱਕ ਕੋਈ ਫੈਸਲਾ ਲਵੇਗੀ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਲਈ ਬਣਾਈ ਗਈ ਪੰਜ ਫੈਬਰੀ ਕਮੇਟੀ ਦੇ ਅਲਟੀਮੇਟਮ ਦਾ ਸਮਾਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵਧਾ ਦਿੱਤਾ ਹੈ ਤੇ ਆਖਰੀ ਤਰੀਕ ਉਹਨਾਂ ਨੇ 27 ਜਨਵਰੀ ਦਿੱਤੀ ਹੈ ਕਿ 27 ਜਨਵਰੀ ਤੱਕ ਕੁਛ ਨਾ ਕੁਛ ਇਸ ਮਸਲੇ ਦੇ ਵਿੱਚ ਤੁਹਾਨੂੰ ਕਰਨਾ ਹੀ ਪਵੇਗਾ ਦਰਅਸਲ ਜਥੇਦਾਰ ਰਗਵੀਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਨੂੰ ਬਲਵੰਤ ਸਿੰਘ ਰਾਜਵਾਨਾ ਸਬੰਧੀ ਪਾਈ ਪਟੀਸ਼ਨ ਤੇ ਟੁਕਮਾ ਫੈਸਲਾ ਲੈਣਾ ਚਾਹੀਦਾ ਕਿਉਂਕਿ ਰਾਜਵਾਨਾ ਕਹਿ ਰਹੇ ਨੇ ਕਿ ਮੇਰੀ ਪਟੀਸ਼ਨ ਵਾਪਸ ਲੈ ਲਓ ਉੱਤੇ ਕੋਈ ਕੰਮ ਨਹੀਂ ਹੋ ਰਿਹਾ ਬੇਕਾਰ ਪਈ ਹੈ 31 ਦਸੰਬਰ ਨੂੰ ਆਲਟੀਮੇਟਮ ਖਤਮ ਹੋਣ ਤੋਂ ਬਾਅਦ ਐਸਜੀਪੀਸੀ ਨੇ ਜਥੇਦਾਰ ਸਾਹਿਬ ਨੂੰ ਸਮਾ ਵਧਾਉਣ ਦੀ ਅਪੀਲ ਕੀਤੀ ਸੀ ਪ੍ਰਧਾਨਤਾ ਮੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜਵਾਨਾ ਮਸਲੇ ਤੇ ਲਿਖੀ ਚਿੱਠੀ ਦੇ ਜ ਬਾਰੇ 20 ਦੱਸਿਆ ਹੈ ਪਰ ਸਿੰਘ ਸਾਹਿਬ ਨੇ ਫਿਰ ਸਾਨੂੰ ਇੱਕ ਹੁਣ ਆਦੇਸ਼ ਕੀਤਾ ਕਿ ਤੁਸੀਂ 27 ਜਨਵਰੀ ਤੱਕ ਇਹਦਾ ਹਰ ਹਿੱਲੇ ਚਾਹੇ ਇਧਰਲੇ ਪਾਸੇ ਤੇ ਚਾਹੇ ਉਧਰਲੇ ਪਾਸੇ ਤੁਸੀਂ ਇਹਦਾ ਫੈਸਲਾ ਕਰੋ ਜੇ 27 ਤੱਕ ਨਹੀਂ ਕੋਈ ਫੈਸਲਾ ਹੁੰਦਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਪੋਟੀਸ਼ਨ ਹੈ ਮਾਰਸੀ ਪੋਟੀਸ਼ਨ ਉਹਨੂੰ ਵਾਪਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਫਰੂਟ ਫੁੱਲ ਉਹਦਾ ਜਿਹੜਾ ਆ ਉਹ ਸਾਰਤਕ ਉਤਪਾਦਕ ਹੋਊਗੀ ਨਵੰਬਰ ਮਹੀਨੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੋਂ ਠੀਕ ਪਹਿਲਾਂ ਸੁਲਤਾਨਪੁਰ ਲੋਧੀ ਦੇ ਇੱਕ ਗੁਰੂ ਘਰ ਦੇ ਵਿੱਚ ਹੋਈ ਪੁਲਿਸ ਫਾਇਰਿੰਗ ਨੂੰ ਲੈ ਕੇ ਵੀ ਐਸਜੀਪੀਸੀ ਵੱਲੋਂ ਗਠਿਤ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ ਤੇ ਇਸ ਰਿਪੋਰਟ ਨੇ ਜਿਹੜਾ ਹੈਗਾ ਪੰਜਾਬ ਸਰਕਾਰ ਤੇ ਪੁਲਿਸ ਤੇ ਗੰਭੀਰ ਸਵਾਲ ਚੁੱਕੇ ਨੇ ਇਹ ਵੀ ਪ੍ਰਧਾਨ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪੀ ਜਾਊਗੀ। ਉਹਨਾਂ ਇਲਜ਼ਾਮ ਲਾਇਆ ਕਿ ਪੁਲਿਸ ਵੱਲੋਂ ਗੁਰੂ ਘਰ ਦੇ ਅੰਦਰ ਦਾਖਲ ਹੋਣ ਵੇਲੇ ਮर्याਦਾ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਪੁਲਿਸ ਹਥ ਤੇ ਬੂਟਾ ਸਮੇਤ ਗੁਰੂ ਘਰ ਦੇ ਅੰਦਰ ਦਾਖਲ ਹੋ ਗਈ ਸੀ ਵੱਡਾ ਸਰਕਾਰ ਦੇ ਖਿਲਾਫ ਆ ਵੀ ਸਰਕਾਰ ਨੇ ਕਿਹੜੇ ਪੈ 4 ਵਜੇ ਸਵੇਰੇ ਤੜਕੇ ਨਿਤਨੇਮ ਵੇਲੇ ਅੰਦਰ ਵੜ ਕੇ ਮर्यादा ਦਾ ਲੰਘਣ ਕਰਕੇ ਕਿਹਨੇ ਹੁਕਮ ਦਿੱਤਾ ਕਿਹਨੇ ਗੋਲੀਆਂ ਦਾ ਹੁਕਮ ਦਿੱਤਾ ਇੱਥੇ ਤਾਂ ਰੋਜ਼ ਨਿੰਦੀ ਜਾਂਦੇ ਜੀ ਕਿੱਦਾਂ ਚੱਲੀ ਕਿਵੇਂ ਚੱਲੀ ਤੇ ਹੁਣ ਆਪਣੀ ਵਾਰ ਨੂੰ ਕਿਉਂ ਨਾਨਕ ਦੇ ਪਾਸ਼ਾ ਦਾ ਪ੍ਰਕਾਸ਼ ਦਿਹਾੜਾ 2-3 ਦਿਨ ਬਾਅਦ ਸੀ ਤੇ ਇੱਥੇ ਕੋਈ ਮर्यादा ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਧਿਆਨ ਕੀਤਾ ਇਸ ਤੌਰ ਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਜਿਹੜੀ ਉਹ ਰਿਪੋਰਟ ਦਿੱਤੀ ਆ ਉਹ ਦੇਵਾਂਗੇ ਤਾਂ ਅਸੀਂ ਅਖਾਲ ਤੱਕ ਨੂੰ ਇਹਨਾਂ ਨੇ ਜਿਹੜਾ ਮੁੱਖ ਤੌਰ ਤੇ ਕੋ ਦੋਚੀਆ ਉਹ ਹੀ ਨਹੀਂ ਅਜੇ ਨਿਰਧਾਰਤ ਕਰ ਦਿੱਤਾ ਐਜੂਵੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਛੇਤੀ ਹੀ ਸਰੋਪਾਉ ਦੀ ਸੱਜੀ ਵਰਤੋਂ ਲਈ ਵੀ ਨਿਯਮ ਨਿਰਧਾਰਿਤ ਕੀਤੇ ਗਏ ਨੇ ਹੁਣ ਸਿਰਫ ਸਿੱਖ ਜਥੇਬੰਦੀਆਂ ਦੇ ਮੁਖੀ ਜਾਂ ਫਿਰ ਗ੍ਰੰਥੀ ਸਿੰਘਾਂ ਨੂੰ ਹੀ ਸਰੋਪਾਉ ਦਿੱਤੇ ਜਾਣਗੇ ਜੋ ਸਿਧਾਂਤ ਸੀ ਸਿੱਖ ਕੌਮ ਦਾ ਸਰੋਪਾਉ ਦੇਣ ਦਾ ਉਸ ਨੂੰ ਪੁਨਰਜੀਵਤ ਕੀਤਾ ਜਾਊਗਾ ਹਰ ਕਿਸੇ ਨੂੰ ਸਰੋਪਾਉ ਨਹੀਂ ਦਿੱਤਾ ਜਾਊਗਾ एसबीपीसी ਨੇ ਗਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਲਈ ਵੀ ਡਰੈਸ ਕੋਡ ਨਿਰਧਾਰਿਤ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਗਰੰਥੀ ਸਿੰਘ ਤੇ ਰਾਗੀ ਸਿੰਘ ਹੁਣ ਸਿੱਖ ਮਰਿਆਦਾ ਮੁਤਾਬਿਕ ਅੰਮ੍ਰਿਤਸਰੀ ਪਜਾਮਾ ਜਾਂ ਫਿਰ ਚੂੜੀਦਾਰ ਪਜਾਮਾ ਹੀ ਪਾਉਣਗੇ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਗਰੰਥੀ ਸਿੰਘ ਤੇ ਰਾਗੀ ਸਿੰਘ ਅੱਜ ਦੇ ਅੱਜ ਦੇ ਯੁੱਗ ਵਾਲਾ ਮਾਡਰਨ ਡਰੈਸ ਹੈ ਜਿਹੜਾ ਉਹ ਨਹੀਂ ਪਹਿਨਣਗੇ ਕੁੜਤਾ ਤੇ ਚੂੜੀਦਾਰ ਪਜਾਮਾ ਜਾਂ ਅੰਮ੍ਰਿਤਸਰੀ ਪਜਾਮਾ ਹੀ ਪਾ ਸਕਦੇ ਨੇ ਪੁਲਾਹਤ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਦਿਨ ਦਾ ਪੋਲਿਸ ਡਿਮਾਂਡ ਖਤਮ ਹੋਣ ਤੋਂ ਬਾਅਦ ਨਵੇਂ ਕੇਸ ਦੇ ਵਿੱਚ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਖੈਰਾ ਦੇ ਪੁਲਿਸ ਰਿਮਾਨ ਦੀ ਫੇਰ ਮੰਗ ਕੀਤੀ ਪਰ ਅਦਾਲਤ ਨੇ ਸੁਪਾਲ ਸਿੰਘ ਖੈਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਯਾਨੀ ਕਿ ਜੇਲ੍ਹ ਭੇਜ ਦਿੱਤਾ ਹੈ ਪੁਲਿਸ ਰਿਮਾਨ ਖਤਮ ਹੋਣ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਵਾਉਣ ਦੇ ਲਈ ਪਹਿਲਾਂ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਦੋਂ ਅਦਾਲਤ ਵਿੱਚ ਲਿਜਾ ਰਹੇ ਸਨ ਤਾਂ মিডিਆ ਨੇ ਖੈਰਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਖੈਰਾ ਨੇ ਕਿਹਾ ਕਿ ਮੇਰੇ ਪੁਲਿਸ ਹਿਰਾਸਤ ਵਿੱਚ ਕੁਝ ਵੀ ਕਹਿਣ ਤੇ ਮੁੱਖ ਮੰਤਰੀ ਭਗਵੰਤ ਮਾਨ ਸਿੱਧਾ ਐਕਸ਼ਨ ਪੁਲਿਸ ਮੁਲਾਜ਼ਮਾਂ ਤੇ ਕਹਿੰਦੇ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਕਿਸੇ ਵੀ ਪੁਲਿਸ ਮੁਲਾਜ਼ਮ ਦੀ ਨੌਕਰੀ ਨੂੰ ਕੋਈ ਖਤਰਾ ਹੋਵੇ ਇਸ ਕਰਕੇ ਇੱਕੋ ਵਾਰੀ ਕਹਿੰਦੇ ਜਦੋਂ ਮੈਂ ਜੇਲ੍ਹ ਚੋਂ ਬਾਹਰ ਆ ਗਿਆ ਤਾਂ ਪੂਰੀ ਤਸੱਲੀ ਦੇ ਨਾਲ ਸਰਕਾਰ ਖਿਲਾਫ ਗੱਲਬਾਤ ਕਰਾਂਗਾ ਯਾਨੀ ਕਿ ਸੁਖਪਾਲ ਖੈਰਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਜੇ ਮੈਂ ਕੁਝ ਬੋਲੂਗਾ ਤਾਂ ਪੁਲਿਸ ਵਾਲਾ ਤੇ ਕੜਾਕਾ ਚੜ ਜਾਊਗਾ ਵੀਰਵਾਰ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਦੇ ਚਾਚੇ ਦੇ ਪੁੱਤ ਗੁਰਪ੍ਰੀਤ ਸਿੰਘ ਨੂੰ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਗੁਰਪ੍ਰੀਤ ਨੂੰ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਤਖਤ ਸਚਕਣ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਤੋਂ ਵਾਪਸ ਆ ਰਹੇ ਸਨ ਜਦੋਂ ਪੰਜਾਬ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਪਹੁੰਚੀ ਪਰਿਵਾਰ ਨੇ ਵਿਰੋਧ ਕੀਤਾ ਮੌਕੇ ਤੇ ਸ਼ਰੋਣੀ ਅਲੇਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਪਹੁੰਚ ਗਏ ਸਨ ਦਿੱਲੀ ਪੁਲਿਸ ਨੂੰ ਬੁਲਾਇਆ ਗਿਆ ਕਾਗਜ਼ੀ ਕਾਰਵਾਈ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਦੇ ਨਾਲ ਭੇਜਿਆ ਗਿਆ ਗੁਰਪ੍ਰੀਤ ਦਾ ਨਾਮ ਫਰਵਰੀ 2023 ਵਿੱਚ ਜਨਾਲਾ ਥਾਣੇ ਤੇ ਹੋਏ ਹਮਲੇ ਦੀ ਐਫਆਈਆਰ ਦੇ ਵਿੱਚ ਦਰਜ ਸੀ ਪਰਿਵਾਰ ਨੇ ਸਵਾਲ ਚੁੱਕੇ ਨੇ ਇਲਜ਼ਾਮ ਲਾਏ ਨੇ ਕਿ ਹੁਣ ਤੱਕ ਗੁਰਪ੍ਰੀਤ ਪੰਜਾਬ ਦੇ ਵਿੱਚ ਹੀ ਸੀ ਕਿਉਂ ਨਹੀਂ ਉਦੋਂ ਤੱਕ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਦਿੱਲੀ ਦੇ ਵਿੱਚੋਂ ਪੰਜਾਬ ਪੁਲਿਸ ਗੈਰ ਕਾਨੂੰਨੀ ਤਰੀਕੇ ਨਾਲ ਉਸਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ ਚੁੱਕ ਕੇ ਲਿਜਾਣਾ ਚਾਹੁੰਦੀ ਸੀ ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ 2 ਸਾਲ ਦੀ ਸਜ਼ਾ ਮਿਲਣ ਦੇ ਮਾਮਲੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਵਾਰੀ-ਵਾਰੀ ਮੰਗ ਕਰ ਰਿਹਾ ਹੈ ਕਿ 2 ਸਾਲ ਦੀ ਸਜ਼ਾ ਇਹਨਾਂ ਨੂੰ ਮਿਲੀ ਹੈ ਇਹ ਇੱਕ ਦੋਸ਼ੀ ਸਿੱਧ ਹੋ ਚੁੱਕੇ ਨੇ ਇੱਕ ਮਾਮਲੇ ਦੇ ਵਿੱਚ ਤਾਂ ਇਹ ਵਿਧਾਨ ਸਭਾ ਦੇ ਮੈਂਬਰ ਨਹੀਂ ਬਣੇ ਰਹਿ ਸਕਦੇ ਹੁਣ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੰਰੋਹਿਤ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲੀਆ ਚਿੱਠੀ ਲਿਖੀ ਹੈ ਉਹਨਾਂ ਨੇ ਕਿਹਾ ਕਿ ਸਜ਼ਾ ਮਿਲਣ ਦੇ ਬਾਵਜੂਦ ਅਮਨ अरोड़ा ਦੀ ਡਿਊਟੀ ਕਿਉਂ ਲਾਈ ਗਈ ਹੈ ਅਮਨ अरोड़ा ਦੇ ਵੱਲੋਂ ਤਿਰੰਗਾ ਝੰਡਾ ਲਹਿਰਾਏ ਜਾਣ ਦੀ ਡਿਊਟੀ ਲਾਈ ਗਈ ਹੈ 26 ਜਨਵਰੀ ਨੂੰ ਇਸ ਤੇ ਰਾਜਪਾਲ ਨੇ ਸਵਾਲ ਚੁੱਕੇ ਨੇ ਅਮਨ अरोड़ा ਦਾ ਆਪਣੇ ਜੀਜੇ ਦੀਪਾ ਨਾਲ ਝਗੜਾ ਹੋਇਆ ਸੀ ਤੇ ਇਸ ਸਬੰਧੀ ਦੀਪਾ ਨੇ ਸ਼ਿਕਾਇਤ ਦਾਜ ਕਰਵਾਈ ਸੀ ਜਿਸ ਤੋਂ ਬਾਅਦ ਅਦਾਲਤ ਨੇ ਫੈਸਲੇਦਾਰ ਨਿਪਟਾਰਾ ਕਰਦਿਆਂ ਅਮਨ अरोड़ा ਨੂੰ ਦੋਸ਼ੀ ਮੰਨਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ ਅਕਾਲੀ ਦਲ ਤੋਂ ਆਵਾ ਹੁਣ ਰਾਜਪਾਲ ਨੇ ਵੀ ਸਵਾਲ ਚੁੱਕੇ ਨੇ ਤੇ ਇਸ ਤੋਂ ਇਲਾਵਾ ਅਰੋੜਾ ਦੀ ਮੈਂਬਰਸ਼ਿਪ ਖਾਰਜ ਕਰਨ ਸੰਬੰਧੀ ਪੰਜਾਬ ਰੈਣਾ ਹਾਈ ਕੋਰਟ ਦੇ ਵਕੀਲ ਐਚਸੀ ਅਰੋੜਾ ਨੇ ਵੀ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਹੈ ਵਕੀਲ ਅਰੋੜਾ ਨੇ ਪੰਜਾਬ ਸਰਕਾਰ ਨੂੰ 2013 ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲਿਲੀ ਥੋਮਸ ਮਾਮਲੇ ਦੇ ਵਿੱਚ ਅਦਾਲਤ ਨੇ ਸਾਫ਼ ਕਰ ਦਿੱਤਾ ਸੀ ਕਿ ਕਿਸੇ ਮੰਤਰੀ ਜਾਂ ਫਿਰ ਕਿਸੇ ਵਿਧਾਇਕ ਨੂੰ ਜੇ ਸਜ਼ਾ ਹੁੰਦੀ ਹੈ ਤਾਂ ਉਸ ਨੂੰ ਅਸਤੀਫਾ ਦੇਣਾ ਹੀ ਪਊਗਾ ਐਚਸੀ ਅਰੋੜਾ ਨੇ ਨੋਟਿਸ ਦੀ ਕਾਪੀ ਪੰਜਾਬ ਸਰਕਾਰ ਤੇ ਵਿਧਾਨ ਸਭਾ ਦੇ ਸਪੀਕਰ ਨੂੰ ਭੇਜੀ ਹੈ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਐਕਸ਼ਨ ਨਹੀਂ ਲੈਂਦੀ ਤਾਂ ਉਹ ਜਨਹਿੱਤ ਪਟੀਸ਼ਨ ਪੰਜਾਬ ਰੈਣਾ ਹਾਈ ਕੋਰਟ ਵਿੱਚ ਦਾਇਰ ਕਰਨਗੇ ਲੁਧਿਆਣਾ ਦੀ ਜ ਵੱਲੋਂ ਆਪਣਾ ਜਨਮ ਦਿਨ ਧੂਮ ਧਾਮ ਦੇ ਨਾਲ ਮਨਾਉਣ ਦਾ ਵੀਡੀਓ ਨਸ਼ਰ ਹੋਣ ਤੋਂ ਬਾਅਦ ਹੁਣ ADGP ਜੇਲਾ ਨੇ DIG ਪਟਿਆਲਾ ਰੇਂਜ ਨੂੰ ਜਾਂਚ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਰਿਪੋਰਟ 3 ਦਿਨਾਂ ਦੇ ਅੰਦਰ ਅੰਦਰ ਦੇਣੀ ਪਵੇਗੀ ADGP ਜੇਲਾ ਨੇ ਕਿਹਾ ਕਿ ਜੇਕਰ ਇਹਦੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਹੋਈ ਤਾਂ ਐਕਸ਼ਨ ਹੋਵੇਗਾ ਸਖਤ ਹੋਵੇਗਾ ਹਵਾਲਾਤੀ ਮੰਨੀ ਰਾਣਾ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ ਉਹਦੇ ਕੋਲ ਜਦੋਂ ਪੁਲਿਸ ਨੇ ਮੋਬਾਈਲ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਤੱਕ ਉਸਨੇ ਫੋਨ ਤੋੜ ਦਿੱਤਾ ਸੀ ਵਿਰੋਧੀ ਧਿਰ ਵੀ ਸਰਕਾਰ ਨੂੰ ਬੁਰੀ ਤਰ੍ਹਾਂ ਨਾਲ ਘੇਰ ਰਹੀ ਹੈ ਕਾਲੀਦਲ ਦੇ ਸੀਨੀਅਰ ਲੀਡਰ ਵਿਕ੍ਰਮ ਸਿੰਘ ਮਜੀਠੀਆ ਨੇ ਕਿਹਾ game. Okay. ਇਹ ਇਹ ਜਸ਼ਨ ਕਿਸੇ ਕਲੱਬ ਦਾ ਨਹੀਂ ਸਗੋ ਲੁਧਿਆਣਾ ਦੀ ਜੇਲ੍ਹ ਯਾਨੀ ਕਿ ਸੁਧਾਰ ਘਰ ਦਾ ਤੁਸੀਂ ਦੇਖ ਰਹੇ ਹੋ ਕਿਵੇਂ ਪੰਜਾਬ ਦੀਆਂ ਜੇਲਾਂ ਜੁਰਮ ਦਾ ਅੱਡਾ ਬਣਦੀਆਂ ਜਾ ਰਹੀਆਂ ਨੇ ਕਿਵੇਂ ਜੇਲਾਂ ਚੋ ਇੰਟਰਵਿਊ ਤੇ ਕਤਲ ਕਰਵਾਏ ਜਾ ਰਹੇ ਨੇ ਇਸ ਤੇ ਕਾਬੂ ਪਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਐਕਸ਼ਨ ਕੀ ਲਿਆ ਹੈ ਤੇ ਇਸ ਇਸ ਤਰ੍ਹਾਂ ਦੀ ਕੋਈ ਪਹਿਲੀ ਵੀਡੀਓ ਨਹੀਂ ਹੈ ਇਸ ਸਭ ਦੇ ਲਈ ਜ਼ਿੰਮੇਵਾਰ ਕੌਣ ਹੈ ਪੰਜਾਬ ਪੁਲਿਸ ਨੇ YouTube ਤੋਂ ਸਿੱਖ ਕੇ ਨਕਲੀ ਨੋਟ ਛਾਪਣ ਵਾਲੇ ਇੱਕ ਗਰੋਹ ਦਾ ਪਰਦਾ ਫਾਸ਼ ਕੀਤਾ ਹੈ ਲੁਧਿਆਣਾ ਪੁਲਿਸ ਨੇ ਨਕਲੀ ਨੋਟ ਬਣਾਉਣ ਅਤੇ ਸਪਲਾਈ ਕਰਨ ਵਾਲੇ ਦੋ ਜਣਾਂ ਨੂੰ ਗ੍ਰਿਫਤਾਰ ਜਦਕਿ ਇੱਕ ਫਰਾਰ ਹੋ ਗਿਆ ਫਰਾਰ ਮੁਲਜ਼ਮ ਦੇ ਕੋਲ ਨੋਟ ਛਾਪਣ ਵਾਲਾ ਪ੍ਰਿੰਟਰ ਤੇ ਹੋਰ ਸਮਾਨ ਹੈ ਪੁਲਿਸ ਨੇ देर रात ਤੱਕ ਮੁਲਜ਼ਮ ਨੂੰ ਫੜਨ ਦੇ ਲਈ ਮੋਗਾ ਦੇ ਵਿੱਚ ਛਾਪੇਮਾਰੀ ਕੀਤੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਮੁਲਜ਼ਮ ਸੋਨ ਡਰਾਈਵਰ ਦੇ ਨਾਲ ਨਾਲ ਪ੍ਰਾਪਰਟੀ ਡੀਲਰ ਵੀ ਹੈ ਜਦਕਿ ਮਾਸਟਰਮਾਈਂਡ ਮਨਦੀਪ ਫੋਟੋਗ੍ਰਾਫਰ ਹੈ ਮਨਦੀਪ ਨੇ YouTube ਤੋਂ ਵੀਡੀਓ ਵੇਖਿਆ ਰਿਸਰਚ ਸ਼ੁਰੂ ਕੀਤੀ 40 ਦਿਨ ਇਹਨਾਂ ਨੇ ਪ੍ਰੈਕਟਿਸ ਕੀਤੀ ਤੇ ਫਿਰ ਨਕਲੀ ਨੋਟ ਛਾਪਣ ਦਾ ਤਰੀਕਾ ਸਿੱਖ ਲਿਆ ਪੁਲਿਸ ਨੇ ਦੱਸਿਆ ਕਿ ਮਨਦੀਪ ਨੇ ਫਰਜ਼ੀ ਨੋਟ ਬਣਾਉਣ ਦੇ ਲਈ ਪਹਿਲਾਂ ਦੋ ਤਰ੍ਹਾਂ ਦੇ ਕਾਗਜ਼ਾਂ ਦੀ ਵਰਤੋਂ ਕੀਤੀ ਯਾਨੀ ਕਿ ਐਕਸਪੈਰੀਮੈਂਟ ਕੀਤਾ ਪਹਿਲਾਂ ਸਫੇਦ ਪੇਪਰ ਤੇ ਨੋਟ ਬਣਾਇਆ ਜਦੋਂ ਨੋਟਸ ਸਹੀ ਬਣ ਕੇ ਨਿਕਲਣ ਲੱਗੇ ਤਾਂ ਉਸ ਨੂੰ ਸਹੀ ਪੇਪਰ ਤੇ ਪ੍ਰਿੰਟ ਕੱਢਣਾ ਸ਼ੁਰੂ ਕਰ ਦਿੱਤਾ ਜਿਸ ਥਾਂ ਤੋਂ ਨੋਟ ਬਣਾਉਣ ਦੇ ਲਈ ਕਾਗਜ਼ ਖਰੀਦੇ ਸੀ ਮੁਲਜ਼ਮਾ ਨੂੰ ਉਸੇ ਥਾਂ ਤੋਂ ਫੜਿਆ ਗਿਆ ਅੰਮ੍ਰਿਤਸਰ ਜ਼ਿਲ੍ਹੇ ਦੀ ਮਜੀਠਿਆ ਪੁਲਿਸ ਨੇ ਮੁਲਜ਼ਮ ਅਧਿਆਪਕ ਰਾਕੇਸ਼ ਕੁਮਾਰ ਦੇ ਖਿਲਾਫ ਪੋਸਕੋ ਐਕਟ ਵਿੱਚ ਐਕਟ ਤਹਿਤ ਕੇਸ ਦਰਜ ਕੀਤਾ ਹੈ ਉਸ ਨੂੰ ਫੜਨ ਲਈ ਪੁਲਿਸ ਛਾਪੇ ਮਾਰ ਰਹੀ ਹੈ ਪੁਲਿਸ ਨੇ ਦੱਸਿਆ ਕਿ ਠੰਡ ਦੀਆਂ ਛੁੱਟੀਆਂ ਤੋਂ ਪਹਿਲਾਂ ਅਧਿਆਪਕ ਨੇ ਹਰਕਤ ਕੀਤੀ ਸੀ ਇੱਕ ਬੱਚੀ ਨਾਲ ਛੇੜਛਾੜ ਕੀਤੀ ਸੀ ਤੇ ਛੁੱਟੀਆਂ ਤੋਂ ਬਾਅਦ ਬੱਚੀ ਨੇ ਜਦੋਂ ਸਕੂਲ ਜਾਣ ਤੋਂ ਮਨਾ ਕੀਤਾ ਤਾਂ ਇਹ ਮਾਮਲਾ ਸਾਹਮਣੇ ਆਇਆ ਤੇ ਇਸ ਕਾਰਵਾਈ ਤੋਂ ਬਾਅਦ ਐਲੀਮੈਂਟਰੀ ਸਕੂਲ ਐਜੂਕੇਸ਼ਨ ਦੇ ਡਾਇਰੈਕਟਰ ਸਤਨਾਮ ਸਿੰਘ ਨੇ ਵੀ ਸਕੂਲੀ ਵਿਦਿਆਰਥੀਆਂ ਨਾਲ ਕਥਿਤ ਤੌਰ ਤੇ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਈਟੀਟੀ ਟੀਚਰ ਰਾਕੇਸ਼ ਕੁਮਾਰ ਨੂੰ ਮੈਂ ਤਹਿਤ ਕਾਰਵਾਈ ਕਰਦੇ ਹਾਂ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ ਬਰਖਾਸਤ ਨਹੀਂ ਕੀਤਾ ਗਿਆ ਸਸਪੈਂਡ ਕੀਤਾ ਗਿਆ ਮੁਅਤਲ ਕੀਤਾ ਗਿਆ ਯਾਨੀ ਕਿ ਇਸ ਨੂੰ ਦੁਬਾਰਾ ਬਹਾਲ ਕੀਤਾ ਜਾ ਸਕਦਾ ਹੈ ਤੇ ਮੁਅਤਲੀ ਤਬਾਦ ਕਰਮਚਾਰੀ ਦਾ ਹੈੱਡ ਕੁਆਰਟਰ ਜ਼ਿਲ੍ਹਾ ਸਿੱਖਿਆ ਅਫਸਰ ਤਰਨਤਾਰਨ ਨੂੰ ਬਣਾਇਆ ਗਿਆ ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਲਿਖਿਆ ਹੈ ਕਿ ਕਰਮਚਾਰੀ ਨੂੰ ਆਪਣੇ ਪੱਧਰ ਤੇ ਦੋਸ਼ ਸੂਚੀ 2 ਦਿਨਾਂ ਦੇ ਅੰਦਰ ਜਾਰੀ ਕਰਕੇ ਕਾਪੀ ਇਸ ਦਫ਼ਤਰ ਨੂੰ ਭੇਜੀ ਜਾਵੇ ਨਾਲ ਹੀ ਦੋਸ਼ ਸੂਚੀ ਵਿੱਚ ਲਾਏ ਜਾਣ ਵਾਲੇ ਦੋਸ਼ਾਂ ਦੀ ਪੜਤਾਲ ਕਰਵਾ ਕੇ ਰਿਪੋਰਟ ਦਫ਼ਤਰ ਨੂੰ ਭੇਜੀ ਜਾਵੇ ਇਸ ਮਸਲੇ ਤੇ ਵੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਉਹਨਾਂ ਨੇ ਕਿਹਾ ਕਿ ਬਹੁਤ ਗੰਭੀਰ ਮਾਮਲਾ ਹੈ ਕੇਸ ਬੇਸ਼ੱਕ ਅਧਿਆਪਕ ਤੇ ਦਰਜ ਅਧਿਆਪਕ ਦੇ ਖਿਲਾਫ ਕੋਈ ਵਿਭਾਗੀ ਕਾਰਵਾਈ ਕਿਉਂ ਨਹੀਂ ਹੋ ਰਹੀ ਅਜਿਹੇ ਅਧਿਆਪਕ ਨੂੰ ਤਾਂ ਕਹਿੰਦੇ ਤੁਰੰਤ ਬਰਖਾਸਤ ਕਰਕੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਘਟਨਾ ਦੀ ਜਿੰਨੀ ਨਿਖੇਦੀ ਕੀਤੀ ਜਾਵੇ ਥੋੜੀ ਹੈ ਪਟਿਆਲਾ ਤੋਂ ਖਬਰ ਹੈ ਜਿੱਥੇ ਰੈਗੂਲਰ ਭਰਤੀ ਹੋਏ ਸਹਾਇਕ ਲਾਈਨਮੈਨਾਂ ਦਾ 3 ਸਾਲਾਂ ਦਾ ਪ੍ਰਵੇਸ਼ਨ ਸਮਾਂ ਮੁਕੰਮਲ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰੈਗੂਲਰ ਸਕੇਲ ਨਾ ਦੇਣ ਦੇ ਰੋਸ ਵਜੋਂ ਕਈ ਦਿਨਾਂ ਤੋਂ ਇਹਨਾਂ ਦਾ ਪੱਕਾ ਮੋਰਚਾ ਚੱਲ ਰਿਹਾ ਹੈ ਤੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੇ ਵੱਲੋਂ ਜਿਹੜੀ ਅੱਜ ਵਾਸਤੇ ਮੀਟਿੰਗ ਰੱਖੀ ਗਈ ਸੀ ਉਸ ਦੇ ਮੁੱਲਤ ਕਰਨ ਦੇ ਰੋਸ ਵਜੋਂ ਇਹਨਾਂ ਨੇ ਪਾਵਰਕਾਮ ਦਫ਼ਤਰ ਨੂੰ ਅੱਜ ਘੇਰਿਆ ਮੁੱਖ 게ਟ ਮੂਰੇ ਧਰਨਾ ਮਾਰ ਕੇ ਇਹਨਾਂ ਨੇ ਮਾਲ ਰੋਡ ਜਾਮ ਕਰ ਦਿੱਤੀ ਜਥੇਬੰਦੀ ਦੇ ਬੁਲਾਰੇ ਹਰਮਨ ਬਰਨਾਲਾ ਨੇ ਦੱਸਿਆ ਕਿ ਪ੍ਰਦਰਸ਼ਨ ਦੀ ਅਗਵਾਈ ਯੂਨੀਅਨ ਕਨਵੀਨਰ ਰਾਜ ਕੰਬੋਜ ਦੇ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਦੇ ਵੱਲੋਂ ਬਿਜਲੀ ਮੰਤਰੀ ਤੇ ਮੈਨੇਜਮੈਂਟ ਦੇ ਨਾਲ 5 ਜਨਵਰੀ ਦੀ ਪੈਨਲ ਮੀਟਿੰਗ ਹੈ ਜਿਹੜੀ ਉਹ ਤੈਅ ਕਰਵਾਈ ਗਈ ਸੀ ਤੇ ਯੂਨੀਅਨ ਦਾ ਵਫਦ 4 ਜਨਵਰੀ ਦੀ ਸ਼ਾਮ ਨੂੰ ਹੀ ਚੰਡੀਗੜ੍ਹ ਪਹੁੰਚ ਗਿਆ ਸੀ ਪਰ ਰਾਤ ਨੂੰ 8 ਵਜੇ ਇਹਨਾਂ ਨੂੰ ਦੱਸਿਆ ਗਿਆ ਕਿ ਮੀਟਿੰਗ ਮੁਲਤਵੀ ਹੋ ਗਈ ਹੈ ਰੋਸ ਵਜੋਂ ਅੱਜ ਕੌਮ ਦੇ ਮੁੱਖ ਦਫ਼ਤਰ ਦੇ ਮੂਹਰੇ ਇਹਨਾਂ ਨੇ ਧਰਨਾ ਦਿੱਤਾ ਤੇ ਹੁਣ ਮੀਟਿੰਗ 8 ਜਨਵਰੀ ਨੂੰ ਕਰਵਾਉਣ ਦਾ ਫੇਰ ਭਰੋਸਾ ਦਿੱਤਾ ਗਿਆ। ਤਕਰੀਬ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਅਕਾਲ ਚਲਾਣਾ ਕਰ ਗਏ ਨੇ। ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦਾ ਸ੍ਰੀ ਮੁਕਸਰ ਸਾਹਿਬ ਵਿੱਚ 80 ਸਾਲ ਦੀ ਉਮਰ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਦੇਹਾਂਤ ਹੋਇਆ। ਸਾਬਕਾ ਜਥੇਦਾਰ ਨੰਦਗੜ ਆਪਣੇ ਪੁੱਤਰ ਸ਼ਿਵਰਾਜ ਸਿੰਘ ਨਾਲ ਰਹਿੰਦੇ ਸਨ ਜੋ ਕਿ ਜੇਲ ਸੁਪਰਡੈਂਟ ਨੇ 2003 ਤੋਂ 15 ਤੱਕ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਤਕਰੀਬ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਬਾ ਸਮਾਜ ਸੇਵਾਵਾਂ ਨਿਭਾਈਆਂ ਸਾਬਕਾ ਜਥੇਦਾਰ ਸਾਹਿਬ ਦਾ ਅੰਤਿਮ ਸੰਸਕਾਰ ਉਹਨਾਂ ਦੇ ਫਾਰਮ ਹਾਊਸ ਜੇਲ੍ਹ ਰੋਡ ਸ੍ਰੀ ਮੁਕਸਰ ਸਾਹਿਬ ਵਿਖੇ ਦੁਪਹਿਰ ਨੂੰ ਕਰ ਦਿੱਤਾ ਗਿਆ 2015 ਦੇ ਵਿੱਚ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਲ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਵਿਵਾਦ ਤੋਂ ਬਾਅਦ ਐਸਪੀਸੀ ਨੇ ਉਹਨਾਂ ਨੂੰ ਹਟਾ ਦਿੱਤਾ ਸੀ ਜਥੇਦਾਰ ਆਨੰਦਗੜ੍ਹ ਨੇ 2003 ਦੇ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਬਦਲਾਅ ਦਾ ਡਟ ਕੇ ਵਿਰੋਧ ਕੀਤਾ ਸੀ ਉਹਨਾਂ ਕਿਹਾ ਸੀ ਕਿ ਸਿੱਖ ਪੰਥ ਨੇ ਬਹੁਤ ਸੋਚ ਵਿਚਾਰ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਬਣਾਇਆ ਸੀ ਇਹ ਸਿੱਖਾਂ ਦੀ ਵੱਖਰੀ ਹੋਣ ਦੀ ਤਰਜਮਾਨੀ ਕਰਦਾ ਸੀ ਇਸ ਸੋਚ ਨੂੰ ਹਾਵੀ ਕਰਕੇ ਸਿੱਖਾਂ ਦੇ ਨਿਆਰੇ ਕੈਲੰਡਰ ਨੂੰ ਖਤਮ ਕੀਤਾ ਗਿਆ ਹੈ ਜਥੇਦਾਰ ਨੰਦਗੜ੍ਹ ਨੇ ਸ਼੍ਰੀ ਕਾਲਤਕ ਸਾਬ ਦੇ ਤਤਕਾਲੀ ਜਥੇਦਾਰ ਗੁਰਬਚਨ ਸਿੰਘ ਅਤੇ ਸੰਤ ਸਮਾਜ ਤੇ ਦਬਾਅ ਦੇ ਵਿੱਚ ਫੈਸਲੇ ਲੈਣ ਦਾ ਇਲਜ਼ਾਮ ਵੀ ਲਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਗਿਆਨੀ ਗੁਰਬਚਨ ਸਿੰਘ ਇੱਕਪਾਸੜ ਫੈਸਲੇ ਲੈਂਦੇ ਨੇ ਹੋਰ ਜਥੇਦਾਰਾਂ ਦੀ ਰਾਏ ਹੀ ਨਹੀਂ ਲੈਂਦੇ ਜਿਸ ਤੋਂ ਬਾਅਦ 17 ਜਨਵਰੀ 2015 ਨੂੰ ਉਹਨਾਂ ਨੂੰ ਐਸਜੀਪੀਸੀ ਨੇ ਇੱਕ ਮੀਟਿੰਗ ਕਰਕੇ ਅਹੁਦੇ ਤੋਂ ਹਟਾ ਦਿੱਤਾ ਸੀ 2015 ਦੇ ਵਿੱਚ ਬਰਗਾੜੀ ਵਿੱਚ ਹੋਈ ਬੇਅਦਬੀ ਤੋਂ ਬਾਅਦ ਕੋਟਕਪੂਰਾ ਤੇ ਬੈਬਲ ਕਲਾ ਮੋਰਚੇ ਦੇ ਵਿੱਚ ਵੀ ਜਥੇਦਾਰ ਬਲਵੰਦ ਸਿੰਘ ਨੰਦਗੜ੍ਹ ਨੇ ਹਿੱਸਾ ਲਿਆ ਸੀ 14 ਅਕਤੂਬਰ 2018 ਨੂੰ ਕੋਟਕਪੂਰਾ ਦੇ ਬੱਤੀਆਂ ਵਾਲੇ ਬਾਦਲ ਦੇ ਖਿਲਾਫ ਇਹਨਾਂ ਨੇ ਲਾਣਤ ਪੱਤਰ ਵੀ ਪੜਿਆ ਸੀ ਮਰਹੂਮ ਜਥੇਦਾਰ ਦੇ ਅਕਾਲ ਚਲਾਣੇ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੀ ਜਿਹੜੀ ਬੈਠਕ ਹੋਈ ਹੈ ਉਸ ਦੇ ਵਿੱਚ ਵੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਸ਼ਰਧਾਂਜਲੀ ਦਿੱਤੀ ਗਈ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਉਹ ਅੱਜ ਚਲਾਣਾ ਕਰ ਗਏ ਉਹਨਾਂ ਦਾ ਸ਼ੋਗਮਤਾ ਸੀ ਮੂਰ ਮੰਤਰ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ ਉਹ ਅੱਜ ਚਲਾਣਾ ਕਰ ਗਏ ਉਹਨਾਂ ਦਾ ਸ਼ੋਗਮਤਾ ਸੀ ਮੂਰ ਮੰਤਰ ਦੇ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਸਿੰਘ ਦੇ ਕਤਲकांड ਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਨੇ ਤਿੰਨ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਜਿਨ੍ਹਾਂ ਦੀਆਂ ਤਸਵੀਰਾਂ ਵੀ ਪੁਲਿਸ ਨੇ ਜਾਰੀ ਕਰ ਦਿੱਤੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸਰਪੰਚ ਸੰਦੀਪ ਸਿੰਘ ਲੰਗੇ ਦਿਨ ਸਵੇਰੇ 10 ਵਜੇ ਜਦੋਂ ਆਪਣੀ ਬਾਈਕ ਜਦੋਂ ਜਾ ਰਿਹਾ ਸੀ ਕਿਤੇ ਤਾਂ ਬਾਈਕ ਤੇ ਸਵਾਰ ਤਿੰਨ ਮੁਲਜ਼ਮਾਂ ਨੇ ਉਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਮਾਮਲੇ ਦੇ ਵਿੱਚ ਬੀਐਸਪੀ ਨੇ ਇਲਾਕੇ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਸਨ ਤੇ ਇਸ ਮਾਮਲੇ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧ ਬਾਦਲ ਨੇ ਲਿਖਿਆ ਹੈ ਕਿ ਗੁਰੂ ਸਾਹਿਬਾਨ ਦੀ ਧਰਤੀ ਇੱਕ ਨਲਾਇਕ ਮੁੱਖ ਮੰਤਰੀ ਭਗਵੰਤ ਮਾਨ ਦੇ ਅਧੀਨ ਹੈ ਜਿਸ ਨੇ ਇਸ ਨੂੰ ਗੈਂਗ ਲੈਂਡ ਬਣਾ ਦਿੱਤਾ ਹੈ ਕਤਲ ਡਕੈਤੀ ਚੇਨ ਸਨੇਚਿੰਗ ਦੀਆਂ ਵਾਰਦਾਤਾਂ ਰੋਜ਼ ਖਬਰਾਂ ਬਣ ਗਈਆਂ ਨੇ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਜ਼ਾਰਾਂ ਕਿਲੋਮੀਟਰ ਦੂਰ ਜਾ ਕੇ ਕਿਤੇ ਲੁਕ ਗਏ ਨੇ ਹਰਿਆਣਾ ਤੋਂ ਖਬਰ ਹੈ ਜਿੱਥੇ ਈਡੀ ਨੇ ਇੰਡੀਅਨ ਨੈਸ਼ਨਲ ਲੋਕ ਦਲ ਯਾਨੀ ਕਿ ਇਨੈਲੋ ਦੇ ਸਾਬਕਾ ਵ代 ਇੱਕ ਦਿਲਬਾਖ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਛਾਪੇਮਾਰੀ ਦੌਰਾਨ ਵਿਦੇਸ਼ੀ ਹਥਿਆਰ ਕਰੀਬ 300 ਕਾਰਤੂਸ 5 ਕਰੋੜ ਰੁਪਏ ਤੇ 100 ਤੋਂ ਵੱਧ दारू ਦੀਆਂ ਬੋਤਲਾਂ ਬਰਾਮਦ ਕੀਤੀਆਂ ਨੇ ਕੇਂਦਰੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਹਰਿਆਣਾ ਦੇ ਯਮਨਾਨਗਰ ਜ਼ਿਲ੍ਹੇ ਦੇ ਵਿੱਚ ਕਥਿਤ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ منی ਲ ਸਾਬਕਾ ਵਿਧਾਇਕ ਅਤੇ ਸੋਨੀਪੱਤੋ ਕਾਂਗਰਸ ਦੇ ਵਿਧਾਇਕ ਸੁਰਿੰਦਰ ਪਵਾਰ ਦੇ ਖਿਲਾਫ ਛਾਪੇਮਾਰੀ ਕੀਤੀ ਦਿਲਬਾਗ ਸਿੰਘ ਤੇ ਉਸਦੇ ਸਾਥੀਆਂ ਦੇ ਟਿਕਾਣਿਆਂ ਤੋਂ ਕਰੀਬ 5 ਕਰੋੜ ਰੁਪਏ ਕਥਿਤ ਗੈਰ ਕਾਨੂੰਨੀ ਵਿਦੇਸ਼ੀ ਹਥਿਆਰ, ਕਰੀਬ 300 ਕਾਰਤੂਸ, 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ, 4-5 ਕਿਲੋਗ੍ਰam ਸੋਨਾ ਤੇ ਦੇਸ਼ ਵਿਦੇਸ਼ ਵਿੱਚ ਜਾਇਦਾਦਾਂ ਨਾਲ ਸੰਬੰਧਿਤ ਦਸਤਾਵੇਜ਼ ਬਰਾਮਦ ਕੀਤੇ ਗਏ ਨੇ। ਕੁਝ ਥਾਵਾਂ ਤੇ ਤਲਾਸ਼ੀ ਚੱਲ ਰਹੀ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ। ਚੋਣ ਕਮਿਸ਼ਨ ਅਗਲੇ ਹਫ਼ਤੇ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਦੋ ਦੇ ਨਾਲ ਲੋਕ ਸਭਾ ਚੋਣਾਂ ਦੇ ਲਈ ਸੂਬਿਆਂ ਦੀਆਂ ਤਿਆਰੀਆਂ ਦੀ ਸਮੀਖਿਆ ਸ਼ੁਰੂ ਕਰ ਦੇਵੇਗਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਕਮਿਸ਼ਨ ਦੇ ਅਧਿਕਾਰੀ 7 ਤੋਂ 10 ਜਨਵਰੀ ਦਰਮਿਆਨ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਵਿੱਚ ਹੋਣਗੇ ਮੁੱਖ ਚੋਣ ਕਮਿਸ਼ਨਰ ਦੇ ਨਾਲ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਤੇ ਅਰਣ ਗੋਇਲ ਵੀ ਜਾਣਗੇ ਦੌਰੇ ਤੋਂ ਪਹਿਲਾਂ ਡਿਪਟੀ ਚੋਣ ਕਮਿਸ਼ਨਰ 6 ਜਨਵਰੀ ਨੂੰ ਦੋਵੇਂ ਸੂਬਿਆਂ ਵਿੱਚ ਤਿਆਰੀਆਂ ਬਾਰੇ ਕਮਿਸ਼ਨ ਨੂੰ ਜਾਣਕਾਰੀ ਦੇਣਗੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੀ ਦੋ ਦਿਨਾਂ ਫੇਰੀ ਦੌਰਾਨ ਨੇਪਾਲ ਨੇ ਭਾਰਤ ਨੂੰ 10000 ਮੈਗਾਵਾਟ ਬਿਜਲੀ ਬਰਾਮਦ ਕਰਨ ਨਵਿਆਉਣਯੋਗ ਊਰ ਮਯੂ ਤੇ ਤਿੰਨ ਸਰਹੱਦ ਪਾਰ ਟਰਾਂਸਮਿਸ਼ਨ ਲਾਈਨਾਂ ਲਈ ਬਿਜਲੀ ਸਮਝੌਤੇ ਸਹੀ ਬੰਦ ਕੀਤੇ ਨੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਨੇ ਸੀਬੀਆਈ ਨੂੰ ਦਿੱਲੀ ਦੇ ਸਰਕਾਰੀ ਹਸਪਤਾਲਾਂ ਨੂੰ ਸਬ ਸਟੈਂਡਰਡ ਦਵਾਈਆਂ ਦੀ ਸਪਲਾਈ ਦੇ ਵਿੱਚ ਐਫਆਈਆਰ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ ਸੰਸਦ ਦੀ ਸੁਰੱਖਿਆ ਨੂੰ ਸੰਨ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ 6 ਮੁਲਜ਼ਮਾਂ ਦੇ ਵਿੱਚੋਂ ਪੰਜ ਨੇ ਅੱਜ ਦਿੱਲੀ ਅਦਾਲਤ ਵਿੱਚ ਆਪਣਾ ਪੋਲੀਗ੍ਰਾਫ ਟੈਸਟ ਕਰਵਾਉਣ ਨੂੰ ਸਹਿਮਤੀ ਦੇ ਦਿੱਤੀ ਹੈ ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੇ ਵੀ ਸਾਰੇ ਮੁਲਜ਼ਮਾਂ ਮਨੋਰੰਜਨ ਡੀ ਸਾਗਰ ਸ਼ਰਮਾ ਅਮੋ ਹੋਲ ਤਨਰਾਜ शिंदे, ਨੀਲਮ ਆਜ਼ਾਦ, ਲਲਿਤ ਝਾਂ ਅਤੇ ਮਹੇਸ਼ ਕੁਮਾਵਤ ਦੇ ਪੁਲਿਸ ਰਿਮਾਂਡ ਵਿੱਚ 8 ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ। ਆਜ਼ਾਦ ਨੂੰ ਛੱਡ ਕੇ ਸਾਰੇ ਮੁਲਜ਼ਮਾ ਨੇ ਅਦਾਲਤ ਸਾਹਮਣੇ ਟੈਸਟ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਬਲੂਮਬਰਗ ਬਿਲੀਨੀਅਰਸ ਇੰਡੈਕਸ ਦੇ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਅਡਾਨੀ ਗਰੁੱਪ ਆਫ ਕੰਪਨੀਆਂਸ ਦੇ ਚੇਅਰਪਰਸਨ ਗੌਤਮ ਅਡਾਨੀ ਇੱਕ ਵਾਰੀ ਫਿਰ ਭਾਰਤ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਨੇ ਗੌਤਮ ਅਡਾਨੀ ਨੇ 12 ਵਿਸ਼ਵ ਰੈਂਕਿੰਗ ਦੇ ਵਿੱਚ ਚੋਟੀ ਦੇ 12 ਅਮੀਰਾਂ ਦੇ ਵਿੱਚ ਥਾਂ ਬਣਾ ਲਈ ਹੈ ਜਦਕਿ ਅੰਬਾਨੀ ਇੱਕ ਥਾਂ ਹੇਠਾਂ 13ਵੇਂ ਸਥਾਨ ਤੇ ਨੇ ਤੇ ਗੌਤਮ ਅਡਾਨੀ ਭਾਰਤ ਵਿੱਚ ਪਹਿਲੇ ਸਥਾਨ ਤੇ ਨੇ ਗਿਆਨਵਾਪੀ ਮਸਜਿਦ ਪਰਿਸਰ ਦੇ ਏਐਸਆਈ ਸਰਵੇ ਦੀ ਸੀਲਬੰਦ ਰਿਪੋਰਟ ਨੂੰ ਜਨਤਕ ਕਰਨ ਦਾ ਫੈਸਲਾ ਅੱਜ ਟਾਲ ਗਿਆ ਹੈ ਵਾਰਾਨਸੀ ਦੀ ਜ਼ਿਲ੍ਹਾ ਅਦਾਲਤ ਵਿੱਚ ਹੁਣ ਇਸ ਮਾਮਲੇ ਦਾ ਫੈਸਲਾ ਕੱਲ ਨੂੰ ਹੋਵੇਗਾ ਕੇਂਦਰ ਸਰਕਾਰ ਨੇ ਅੱਜ ਅਯੁੱਧਿਆ 에어ਪੋਰਟ ਦੇ ਨਵੇਂ ਨਾਮ ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਅਯੁੱਧਿਆ ਧਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਦੇ ਵਿਚਾਲੇ ਵਿਵਾਦ ਵਿੱਚ ਮਸਜਿਦ ਪੱਖ ਦੇ ਇੱਕ ਮੁਦਈ ਰਹਿ ਇਕਬਾਲ ਅंसारी ਨੂੰ ਵੀ 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਰਾਹੁਲ ਗਾਂਧੀ ਦੀ ਪ੍ਰਸਤਾਵਿਤ ਭਾਰਤ ਜੋੜੋ ਨਿਆਂ ਯਾਤਰਾ ਤੇ ਭਾਜਪਾ ਨੇ ਤੰਜ ਕਸਦੇ ਹੋਏ ਕਿਹਾ ਕਿ ਭਾਰਤ ਨੂੰ ਤੋੜਨ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਹੁਣੇ ਭਾਰਤ ਜੋੜਨ ਦੀ ਯਾਤਰਾ ਤੇ ਚੱਲੇ ਨੇ ਆਮ ਆਦਮੀ ਪਾਰਟੀ ਨੇ 11 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਦੇ ਲਈ ਦਿੱਲੀ ਮੈਲਾ ਕਮਿਸ਼ਨ ਦੀ ਮੁਖੀ ਸੁਆਤੀ ਮਾਲੀਵਾਲ ਨੂੰ ਆਪਣਾ ਉਮੀਦਵਾਰ ਨਾਮਿਨੇਟ ਕੀਤਾ ਹੈ ਦਿੱਲੀ ਦੀ ਇੱਕ ਅਦਾਲਤ ਨੇ ਜੇਲ੍ਹਚ ਬੰਦ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਨੂੰ ਰਾਜ ਸਭਾ ਚੋਣਾਂ ਦੇ ਲਈ ਨਾਮਜ਼ਦਗੀ ਪੱਰਚਾ ਭਰਨ ਅਤੇ ਉਸ ਨਾਲ ਜੁੜੇ ਦਸਤਾਵੇਜ਼ਾਂ ਤੇ ਦਸਤਖਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮਹਾਰਾਸ਼ਟਰ ਤੋਂ ਇੱਕ ਅਜੀਬੋ-ਗਰੀਬ ਖਬਰ ਤੁਹਾਨੂੰ ਦੱਸਦੇ ਨੇ ਹਾਂ ਇੱਥੇ ਠਾਣੇ ਜ਼ਿਲ੍ਹੇ ਦੇ ਮੀਰਾਪਾਈ ਅੰਦਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਬਿੱਲੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਸ ਦੇ ਦੋਸ਼ ਵਿੱਚ ਔਰਤ ਸਮੇਤ 6 ਜਣਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਸੂਚਨਾ ਮੀਰਾਪਾਈ ਅੰਦਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਗ੍ਰਿਫਤਾਰੀ ਤਾਂ ਕਿਸੇ ਦਿਨ ਨਹੀਂ ਹੋਈ ਪਰ ਪਰਚਾ ਜ਼ਰੂਰ ਦਰਜ ਕੀਤਾ ਗਿਆ ਤੇ ਇਹ ਘਟਨਾ 22 ਦਸੰਬਰ ਦੀ ਸ਼ਾਮ ਨੂੰ ਵਾਪਰੀ ਸੀ ਲੋਕਾਂ ਨੂੰ ਇਤਰਾਜ਼ ਹੈ ਕਿ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਇਨਸਾਨਾਂ ਦਾ ਸੰਸਕਾਰ ਹੁੰਦਾ ਹੈ ਉੱਥੇ ਇੱਕ ਜਾਨਵਰ ਦਾ ਸੰਸਕਾਰ ਕਿਵੇਂ ਕੀਤਾ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਾਨਵਰਾ ਦਾ ਜਿਹੜਾ ਅੰਤਿਮ ਸੰਸਕਾਰ ਕਰਨ ਦੇ ਲਈ ਉਹਨਾਂ ਨੂੰ ਉਹਨਾਂ ਦੇ ਲਈ ਇੱਕ ਵੱਖਰੀ ਹੱਡਾਂ ਰੋੜੀ ਜਿਸ ਨੂੰ ਕਿਹਾ ਜਾਂਦਾ ਉਹ ਬਣੀ ਹੁੰਦੀ ਹੈ ਤੇ ਇਨਸਾਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹਦੇ ਲਈ ਵੱਖਰੀ ਥਾਂ ਹੁੰਦੀ ਹੈ ਅਮਰੀਕਾ ਦੇ ਆਇਓਵਾ ਸੂਬੇ ਦੇ ਵਿੱਚ ਸਰ ਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲੇ ਤੇ ਅੱਜ ਪਹਿਲੇ ਦਿਨ ਹੀ 17 ਸਾਲਾ ਵਿਦਿਆਰਥੀ ਨੇ ਗੋਲੀਆਂ ਚਲਾ ਦਿੱਤੀਆਂ ਜਿਦੇ ਵਿੱਚ 6ਵੀਂ ਜਮਾਤ ਦੇ ਵਿਦਿਆਰਥੀ ਦੀ ਜਾਨ ਚਲੀ ਗਈ 5 ਵਿਦਿਆਰਥੀ ਜ਼ਖਮੀ ਹੋ ਗਏ ਹਮਲਾਵਰ ਨੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਜ਼ਖਮੀਆਂ ਦੇ ਵਿੱਚ ਸਕੂਲ ਦਾ ਪ੍ਰਿੰਸੀਪਲ ਡੈਨ ਮਾਰਬਰਗਰ ਵੀ ਸ਼ਾਮਲ ਹੈ ਹਮਲਾਵਰ ਦੀ ਪਛਾਣ 17 ਸਾਲਾ ਡਾਇਲਨ ਬਟਲਰ ਵਜੋਂ ਹੋਈ ਹੈ ਤੇ ਇਸ ਘਟਨਾ ਦੇ ਪਿੱਛੇ ਦਾ ਮਕਸਦ ਜਾਰੀ ਨਹੀਂ ਕੀਤਾ ਗਿਆ ਉਸਦੇ ਦੋ ਦੋਸਤਾਂ ਤੇ ਮਾਂ ਨੇ ਕਿਹਾ ਕਿ ਬਟਲਰ ਬਹੁਤ ਹੀ ਸ਼ਾਂਤ ਸੁਭਾਅ ਦਾ ਸੀ ਪਰ ਉਸਨੂੰ ਕਈ ਸਾਲਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੋ ਸਕਦਾ ਹੈ ਕਿ ਕੋਈ ਨਸਲੀ ਮਾਮਲਾ ਹੋਵੇ ਬੱਚੇ ਨੂੰ ਨਸਲੀ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ ਇਸ ਕਰਕੇ ਉਹਨੇ ਇੱਕ ਕਦਮ ਚੁੱਕਿਆ ਲਾਈਬੇਰੀਆ ਦੇ ਝੰਡੇ ਵਾਲੇ ਮਾਲਵਾਕ ਜਹਾਜ਼ ਐਮਵੀ ਲੀਲਾ ਨਾਰਫੋਕ ਨੂੰ ਲੰਗੀ ਦੇਰ ਸ਼ਾਮ ਸੋਮਾਲੀਆ ਦੇ ਤੱਟ ਨੇੜੇ ਹਥਿਆਰਬੰਦ 5-6 ਜਣਿਆਂ ਨੇ ਅਗਵਾ ਕਰ ਲਿਆ ਤੇ ਭਾਰਤੀ ਜਲ ਸੈਨਾ ਦੇ ਵੱਲੋਂ ਇਸ ਤੇ ਨਜ਼ਰ ਰੱਖੀ ਜਾ ਰਹੀ ਹੈ ਸੈਨਾ ਨੇ ਜੰਗੀ ਬੇੜੇ ਨੂੰ ਅਗਵਾ ਜਹਾਜ਼ ਦੇ ਪਿੱਛੇ ਲਾ ਦਿੱਤਾ ਹੈ ਅਗਵਾ ਕੀਤੇ ਜਹਾਜ਼ ਤੇ 15 ਭਾਰਤੀ ਸਵਾਰ ਨੇ ਚਾਲਕ ਦਲ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਫੌਜੀ ਕਾਰੀਆਂ ਮੁਤਾਬਕ ਵੀਰਵਾਰ ਸ਼ਾਮ ਨੂੰ 소말리아 ਦੇ ਤੱਟ ਤੋਂ ਜਹਾਜ਼ ਨੂੰ ਅਗਵਾ ਕਰਨ ਦੀ ਸੂਚਨਾ ਮਿਲੀ ਸੀ ਜਾਪਾਨ ਦੇ ਵਿੱਚ ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਜ਼ਬਰਦਸਤ ਪੁਚਾਲ ਆਇਆ ਸੀ ਉਸ ਦਾ ਸੇਕ ਹਾਲੇ ਵੀ ਜਾਪਾਨੀਆਂ ਨੂੰ ਲੱਗਿਆ ਹੋਇਆ ਮਲਬੇ ਹੇਠ ਫਸੇ ਲੋਕਾਂ ਨੂੰ ਹਾਲੇ ਤੱਕ ਵੀ ਪਾਲਿਆ ਜਾ ਰਿਹਾ ਹੈ ਬਚਾਅ ਕਰਮੀ ਕਾਫੀ ਮੁਸ਼ਕਲ ਕਰ ਰਹੇ ਨੇ ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ਨੇ ਜੇਲ੍ਹ ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਝਟਕਾ ਦਿੰਦਿਆਂ ਚੋਣ ਕਮਿਸ਼ਨ ਦੇ ਹੁਕਮਾਂ ਦੇ ਖਿਲਾਫ ਦਾਇਰ ਉਹਨਾਂ ਦੀ ਇੱਕ ਪਟੀਸ਼ਨ ਖਾਰਜ ਕਰ ਦਿੱਤੀ ਹੈ ਚੋਣ ਕਮਿਸ਼ਨ ਨੇ ਬ੍ਰਾਂਡ ਦੀ ਪਾਰਟੀ ਦੀ ਜਥੇਵੰਦਕ ਚੋਣਾਂ ਨੂੰ ਪਹਿਲਾਂ ਹੀ ਗੈਰ ਸੰਵਧਾਨਿਕrar ਦਿੱਤਾ ਸੀ ਅਤੇ ਚੋਣ ਨਿਸ਼ਾਨ cricket ਦਾ ਬੱਲਾ ਰੱਦ ਕਰ ਦਿੱਤਾ ਹੈ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੀਟੀਆਈ ਨੇ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕੀਤੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ 5 ਜਨਵਰੀ ਨੂੰ ਇਸ ਮਾਮਲੇ ਤੇ ਸੁਣਵਾਈ ਹੋਈ ਤਾਂ ਬੱਲਾ ਚੋਣ ਨਿਸ਼ਾਨ ਵਹਾਲ ਕਰਨ ਦੀ ਪੀਟੀਆ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਸਵੇਰ ਦੀਆਂ ਖਬਰਾਂ ਵਿੱਚ ਫੇਰ ਮਿਲਾਂਗੇ ਧੰਨਵਾਦ